ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਹਾਂਜੀ ਜਿਹੜੇ ਵੀ ਸਟੂਡੈਂਟ ਫੋਰੈਸਟ ਗਾਰਡ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਤੁਹਾਡਾ ਪੇਪਰ 13 ਨਵੰਬਰ ਨੂੰ ਹੋਣ ਜਾ ਰਿਹਾ ਹੈ ਤੇ ਮੈਂ ਤੁਹਾਡੇ ਪੇਪਰ ਤੁਹਾਡੇ ਸਾਹਮਣੇ ਤੁਹਾਡਾ ਸਿਲੇਬਸ ਓਪਨ ਕੀਤਾ ਹੋਇਆ ਹੈ ਤੇ ਇਸ ਦੇ ਵਿੱਚ ਜਿਹੜੇ ਤੁਹਾਡੇ ਨੌਨ ਟਾਪਿਕ ਆ ਜੀਕੇ ਪੋਰਸ਼ਨ ਦੇ ਵਿੱਚ ਜਿਸ ਦੇ ਵਿੱਚੋਂ ਤੁਹਾਨੂੰ 30 ਨੰਬਰ ਦਾ ਪੇਪਰ ਆਉਣਾ ਹੈ ਜਿਸ ਦੇ ਵਿੱਚ ਪੋਲੀਟੀਕਲ ਇਸ਼ੂ এনवायरमेंट ਇਸ਼ੂ ਕਰੰਟ ਅਫੇਅਰ ਸਾਇੰਸ ਐਂਡ ਟੈਕਨੋਲੋਜੀਜ਼ ਤੇ ਇਕਨੋਮਿਕਸ ਇਸ਼ੂ ਇਸ ਤੋਂ ਇਲਾਵਾ ਹਿਸਟਰੀ ਆਫ ਪੰਜਾਬ 14th ਸੈਂਚਰੀ ਔਨਵਰਡ ਹਿਸਟਰੀ ਆਫ ਇੰਡੀਆ ਵਿਦ ਸਪੈਸ਼ਲ ਰੈਫਰੈਂਸ ਟੂ ਇੰਡੀਅਨ ਫਰੀडम ਸਟਰਗਲ ਮੂਵਮੈਂਟ sports ਐਂਡ ਸਿਨੇਮਾ ਲਿਟਰੇਚਰ ਇਹ ਸਾਰੇ ਹੀ ਟੌਪਿਕਸ ਦੇ ਵਿੱਚੋਂ ਮੈਂ ਤੁਹਾਡੇ ਲਈ ਇੱਕ 100 MCQ ਦਾ ਮੌਕ ਟੈਸਟ ਤਿਆਰ ਕੀਤਾ ਹੈ ਜਿਹੜਾ ਕਿ ਤੁਹਾਡੇ ਲਈ ਕਾਫੀ ਹੀ ਜ਼ਿਆਦਾ ਹੈਲਪਫੁਲ ਹੋਣ ਵਾਲਾ ਹੈ ਜਿਹੜੇ ਵੀ ਸਟੂਡੈਂਟ ਫੋਰੈਸਟ ਗਾਰਡ ਵੀਡੀਓ ਪੀਟ੍ਰੀ ਪਲੱਸ ਬੀ ਕਲਰਕ ਐਗਜ਼ਾਈਜ਼ ਅਤੇ ਟੈਕਸ ਇਨਸਪੈਕਟਰ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਅੱਜ ਦਾ ਇਹ ਮੌਕ ਟੈਸਟ ਕਾਫੀ ਹੀ ਜ਼ਿਆਦਾ ਹੈਲਪਫੁਲ ਹੋਣ ਵਾਲਾ ਹੈ ਤੇ ਹਰ ਇੱਕ ਐਮਸੀਕਿਊ ਤੁਹਾਡੇ ਲਈ ਕਾਫੀ ਹੀ ਜ਼ਿਆਦਾ ਹੈਲਪਫੁਲ ਹੋਣ ਵਾਲਾ ਹੈ ਪਰ ਲੈ ਸਿਰਫ ਉਹੀ ਐਮਸੀਕਿਊ ਗਏ ਆ ਜਿਹੜੇ ਕਿ ਕੰਪੀਟੀਟਿਵ ਐਗਜ਼ਾਮ ਦੇ ਵਿੱਚ 99% ਆਉਂਦੇ ਆ ਇਸ ਕਰਕੇ ਅੱਜ ਦੀ ਇਹ ਵੀਡੀਓ ਤੁਹਾਡੇ ਸਾਰਿਆਂ ਲਈ ਬਹੁਤ ਇੰਪੋਰਟੈਂਟ ਹੋਣ ਵਾਲੀ ਆ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਨੂੰ ਸਟਾਰਟ ਕਰਦੇ ਆਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਂਜੀ ਸੇਮ ਜਿਵੇਂ ਅਸੀਂ ਪ੍ਰੀਵੀਅਸ ਵੀਡੀਓ ਦੇ ਵਿੱਚ ਕਰਦੇ ਆਂ ਕਿ ਹਰੇਕ ਮੌਕ ਟੈਸਟ ਨੂੰ ਅਟੈਂਪਟ ਕਰਨ ਦੇ ਲਈ ਹਰੇਕ MCQ ਨੂੰ ਅਟੈਂਪਟ ਕਰਨ ਦੇ ਲਈ ਤੁਹਾਨੂੰ 3 ਸੈਕਿੰਡ ਦਿੱਤੇ ਜਾਂਦੇ ਆ 3 ਸੈਕਿੰਡ ਦੇ ਵਿੱਚ ਤੁਸੀਂ ਆਪਣਾ ਆਨਸਰ ਸੋਚ ਕੇ ਜਾਂ ਤਾਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਜਾਂ ਫਿਰ ਨੋਟਬੁੱਕ ਤੇ ਲਿਖ ਸਕਦੇ ਹੋ ਉਸ ਤੋਂ ਬਾਅਦ ਮੇਰੇ ਨਾਲ ਮੈਚ ਕਰਦੇ ਜਾਣਾ ਤੇ ਲਾਸਟ ਤੇ ਜ਼ਰੂਰ ਦੱਸਣਾ ਕਿ ਤੁਹਾਡੇ ਕਿੰਨੇ एम सी क्यू सही गए हां जी क्वेश्चन नंबर 1 ਆ ਪੰਜਾਬ ਦਾ ਸਭ ਤੋਂ ਲੰਬਾ ਰਾਸ਼ਟਰਪਤੀ ਰਾਜ ਕਿਹੜੇ ਸਾਲ ਦਾ ਸੀ हां जी ਪੰਜਾਬ ਦਾ ਸਭ ਤੋਂ ਲੰਬਾ ਰਾਸ਼ਟਰਪਤੀ ਰਾਜ 1987 ਦਾ ਸੀ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ 1987 ਵਿੱਚ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲੱਗਿਆ ਸੀ ਤਾਂ ਇਹ ਸਭ ਤੋਂ ਲੰਬਾ ਰਾਜ ਸੀ ਜਿਹੜਾ 1987 ਤੋਂ ਲੈ ਕੇ 1992 ਤੱਕ ਰਿਹਾ ਸੀ ਠੀਕ ਹੈ ਤੇ ਭਾਰਤ ਦੇ ਇਤਿਹਾਸ ਤੱਕ ਇਹ ਭਾਰਤ ਦੇ ਇਤਿਹਾਸ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਲੰਬਾ ਰਾਸ਼ਟਰਪਤੀ ਰਾਜ ਹੈ 1987 ਤੋਂ ਲੈ ਕੇ 1992 ਵਾਲਾ ਤੇ ਪੰਜਾਬ ਦੇ ਵਿੱਚ ਪਹਿਲੀ ਵਾਰ ਰਾਸ਼ਟਰਪਤੀ ਰਾਜ ਕਦੋਂ ਲੱਗਿਆ ਸੀਗਾ ਤੁਹਾਨੂੰ ਇਹ ਸਾਰਾ ਪਤਾ ਹੋਣਾ ਚਾਹੀਦਾ ਹੈ ਕਿ ਹੁਣ ਤੱਕ ਪੰਜਾਬ ਦੇ ਵਿੱਚ 8 ਵਾਰ ਰਾਸ਼ਟਰਪਤੀ ਰਾਜ ਲੱਗ ਚੁੱਕਿਆ ਹੈ ਤੇ ਪਹਿਲੀ ਵਾਰ ਕਦੋਂ ਲੱਗਿਆ ਸੀ 1951-52 ਦੇ ਵਿੱਚ ਠੀਕ ਹੈ 1951 ਤੋਂ 1952 ਵਿੱਚ ਦੂਸਰੀ ਵਾਰ 1968 ਦੇ ਵਿੱਚ ਲੱਗਿਆ ਤੀਸਰੀ ਵਾਰ 1968 ਤੋਂ 1969 ਦੇ ਵਿੱਚ ਲੱਗਿਆ ਠੀਕ ਹੈ ਫਿਰ ਚੌਥੀ ਵਾਰ 1971 ਤੋਂ ਲੈ ਕੇ 1972 ਤੱਕ ਲੱਗਿਆ ਪੰਜਵੀਂ ਵਾਰ 1977 ਚ ਲੱਗਿਆ ਛੇਵੀਂ ਵਾਰ 1980 ਚ ਲੱਗਿਆ ਸੱਤਵੀਂ ਵਾਰ 1983 ਤੋਂ 1985 ਤੱਕ ਲੱਗਿਆ ਤੇ ਅੱਠਵੀਂ ਵਾਰ 1987 ਤੋਂ 1992 ਤੱਕ ਲੱਗਿਆ ਜਿਹੜਾ ਕਿ ਭਾਰਤ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਲੰਬਾ ਰਾਸ਼ਟਰਪਤੀ ਰਾਜ ਹੈ ਹਾਂਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਪੰਜਾਬ ਦੀ ਕਿਹੜੀ ਬੋਲੀ ਨੂੰ ਪਹਾੜੀ ਬੋਲੀ ਕਿਹਾ ਜਾਂਦਾ ਹੈ ਹਾਂਜੀ ਪੰਜਾਬ ਦੀ ਇਹ ਕਿਹੜੀ ਬੋਲੀ ਆ ਜਿਸ ਨੂੰ ਪਹਾੜੀ ਬੋਲੀ ਕਿਹਾ ਜਾਂਦਾ ਹੈ ਇਸ ਦਾ ਆਪਸ਼ਨ ਨੰਬਰ ਬੀ ਪੋਠੋਹਾਰੀ ਪੋਠੋਹਾਰੀ ਨੂੰ ਪਹਾੜੀ ਬੋਲੀ ਕਿਹਾ ਜਾਂਦਾ ਹੈ ਇਹ ਬੋਲੀ 라ਵਲਪਿੰਡੀ ਮੁਜ਼ਫਰਾਵਾਦ ਜਾਨੀ ਕਿ ਇਹ ਬੋਲੀ ਹੈ ਜਿਹੜੀ ਪਾਕਿਸਤਾਨ ਦੇ ਵਿੱਚ ਬੋਲੀ ਜਾਣ ਵਾਲੀ ਇੱਕ ਉਪਭਾਸ਼ਾ ਵਾ ਠੀਕ ਹੈ ਇਸ ਤੋਂ ਇਲਾਵਾ ਜੇਕਰ ਅਸੀਂ ਮੁਲਤਾਨੀ ਦੀ ਗੱਲ ਕਰੀਏ ਇਹ ਬਹਾਵਲਪੁਰ ਅਤੇ ਡੇਰਾ ਗਾਜੀ ਖਾਨ ਦੇ ਵਿੱਚੋਂ ਜ਼ਿਆਦਾ ਬੋਲੀ ਜਾਂਦੀ ਹੈ ਡੋਗਰੀ ਜਿਹੜੀ ਇਹ ਕਾਂਗੜੇ ਅਤੇ ਜੰਮੂ ਦੇ ਵਿੱਚ ਬੋਲੀ ਜਾਂਦੀ ਆ ਪੁਆਦੀ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਜਿਵੇਂ ਆਨੰਦਪੁਰ ਦੇ ਪੂਰਬੀ ਹਿੱਸੇ ਦੇ ਵਿੱਚ ਰੋਪੜ ਦੇ ਪੂਰਬੀ ਹਿੱਸੇ ਦੇ ਵਿੱਚ ਪਟਿਆਲੇ ਦੇ ਪੂਰਬੀ ਹਿੱਸੇ ਦੇ ਵਿੱਚ ਅੰਬਾਲੇ ਦੇ ਵਿੱਚ ਵੀ ਬੋਲੀ ਜਾਂਦੀ ਹੈ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਯਾਦ ਰੱਖਣਾ ਅਗਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜਾ ਸਾਜ਼ ਆਪਸ ਵਿੱਚ ਟਕਰਾ ਕੇ বাজਾਇਆ ਜਾਂਦਾ ਹੈ ਵੈਰੀ ਇੰਪੋਰਟੈਂਟ ਹਾਂਜੀ ਇਹਨਾਂ ਦੇ ਵਿੱਚੋਂ ਕਿਹੜਾ ਸਾਜ਼ ਆ ਜਿਹੜਾ ਆਪਸ ਦੇ ਵਿੱਚ ਟਕਰਾ ਕੇ বাজਾਇਆ ਜਾਂਦਾ ਹੈ ਤਉ ਹੈਗਾ ਜੀ ਇੰਨਾ ਵਿੱਚੋਂ ਕੋਈ ਨਹੀਂ অপਸ਼ਨ ਨੰਬਰ ਡੀ ਇਜ਼ ਅ ਰਾਈਟ ਆਂਸਰ ਠੀਕ ਹੈ ਕਿਉਂਕਿ ਕਿਹੜਾ ਸਾਜ਼ ਆ ਜਿਹੜਾ ਆਪਸ ਦੇ ਵਿੱਚ ਟਕਰਾ ਕੇ ਵਜਾਇਆ ਜਾਂਦਾ ਕਾਂਟੋ ਠੀਕ ਹੈ ਕੱਕੇ ਕੰਨਾ ਟੈਂਕੇ ਢੋੜਾ ਕਾਂਟੋ ਇਸ ਤੋਂ ਇਲਾਵਾ ਸੈਣੇ ਖੜਪਾਲ ਚਿਮਟਾ ਇਹ ਵੀ ਟਕਰਾ ਕੇ ਹੀ ਵਜਾਇਆ ਜਾਂਦੇ ਆ ਠੀਕ ਹੈ ਲੇਕਿਨ ਬੰਸਰੀ ਅਤੇ ਸੰਖ ਇਹ ਫੂਕ ਮਾਰ ਕੇ ਵਜਾਇਆ ਜਾਂਦੇ ਆ ਇਸ ਤੋਂ ਇਲਾਵਾ ਤੁਸੀਂ ਸੁਣਿਆ ਹੋਣਾ ਵਾ ਅਲਗੋਜ਼ੇ ਇਹ ਵੀ ਫੂਕ ਮਾਰ ਕੇ ਹੀ ਬਜ਼ਾਏ ਜਾਂਦੇ ਆ ਠੀਕ ਹੈ ਜੀ ਤੇ ਅਗਲਾ ਪ੍ਰਸ਼ਨ ਅਸੀਂ ਕਰਦੇ ਆ ਸਿੱਖ ਪੰਥ ਦਾ ਪਹਿਲਾ ਸ਼ਹੀਦ ਕੌਣ ਸੀ ਹਾਂਜੀ ਸਿੱਖ ਪੰਥ ਦੇ ਪਹਿਲੇ ਸ਼ਹੀਦ ਕੌਣ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਆ ਠੀਕ ਹੈ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦਾ ਸੰਕਲਨ ਕਰਾਇਆ ਸੀ 1604 ਈਸਵੀ ਦੇ ਵਿੱਚ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਤੇ ਇਸ ਤੋਂ ਇਲਾਵਾ ਆਦਿ ਗ੍ਰੰਥ ਨੂੰ ਲਿਖਿਆ ਕਿੰਨਾ ਨੇ ਸੀਗਾ ਭਾਈ ਗੁਰਦਾਸ ਜੀ ਨੇ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਬਹੁਤ ਸਾਰੇ ਸਟੂਡੈਂਟਸ ਸ੍ਰੀ ਗੁਰੂ ਅਰਜਨ ਦੇਵ ਜੀ ਲਗਾ ਕੇ ਆਉਂਦੇ ਆ ਠੀਕ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦਾ ਸੰਕਲਨ ਕਰਵਾਇਆ ਸੀ 1604 ਦੇ ਵਿੱਚ ਪਰ ਆਦਿ ਗ੍ਰੰਥ ਨੂੰ ਲਿਖਿਆ ਸੀ ਭਾਈ ਗੁਰਦਾਸ ਜੀ ਨੇ ਇਸ ਤੋਂ ਇਲਾਵਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦਾ ਨਿਰਮਾਣ ਕਰਵਾਇਆ ਸੀ ਤੇ ਪਟਵਾਰੀ ਦੇ ਐਗਜ਼ਾਮ ਦੇ ਵਿੱਚ ਇੱਕ MCQ ਆਇਆ ਸੀ ਕੀ ਹਰਮੰਦਰ ਸਾਹਿਬ ਦਾ ਨੀ ਪੱਧਰ ਕਿਸ ਨੇ ਰੱਖਿਆ ਤਾਂ ਹਰਮੰਦਰ ਸਾਹਿਬ ਦਾ ਨੀ ਪੱਧਰ ਰੱਖਿਆ ਸੂਫੀ ਸੰਤ ਮੀਆਂ ਮੀਰ ਜੀ ਨੇ ਠੀਕ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਾਂ ਨਿਰਮਾਣ ਕਰਵਾਇਆ ਸੀ ਇਹਨਾਂ ਦੋਨਾਂ ਗੱਲਾਂ ਦੇ ਵਿੱਚ ਧਿਆਨ ਰੱਖਣਾ ਨੀ ਪੱਧਰ ਰੱਖਿਆ ਸੀ ਸੂਫੀ ਸੰਤ ਮੀਆਂ ਮੀਰ ਜੀ ਨੇ ਕਦੋਂ ਰੱਖਿਆ ਸੀ 1599 ਈਸਵੀ ਦੇ ਵਿੱਚ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਅਕਾਲ ਤਖਤ ਦਾ ਨਿਰਮਾਣ ਕਦੋਂ ਸ਼ੁਰੂ ਹੋਇਆ ਸੀ ਹਾਂਜੀ ਅਕਾਲ ਤਖਤ ਦਾ ਨਿਰਮਾਣ ਕਦੋਂ ਸ਼ੁਰੂ ਹੋਇਆ ਸੀ 1606 ਈਸਵੀ ਦੇ ਵਿੱਚ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਹੁਣ ਇਹ ਤਾਂ ਸੀ ਕਿ ਅਕਾਲ ਤਖਤ ਦਾ ਨਿਰਮਾਣ ਕਦੋਂ ਸ਼ੁਰੂ ਹੋਇਆ 1606 ਦੇ ਵਿੱਚ ਹੋਇਆ ਪਰ ਅਕਾਲ ਤਖਤ ਸਾਹਿਬ ਦਾ ਨਿਰਮਾਣ ਪੂਰਾ ਕਦੋਂ ਹੋਇਆ ਜੇਕਰ ਤੁਹਾਨੂੰ ਤੇ ਇਸ ਤਰ੍ਹਾਂ ਜਿ ਕਿਸੇ ਵੀ ਤਰ੍ਹਾਂ ਤੁਹਾਨੂੰ ਕੁਐਸਚਨ ਕਮਾ ਫਰਾ ਕੇ ਆ ਸਕਦਾ ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਠੀਕ ਹੈ ਅਕਾਲ ਤਖਤ ਸਾਹਿਬ ਦਾ ਨਿਰਮਾਣ 1606 ਦੇ ਵਿੱਚ ਹੋਇਆ ਤੇ ਅਕਾਲ ਤਖਤ ਸਾਹਿਬ ਅ ਮਤਲਬ ਪੂਰੀ ਤਰ੍ਹਾਂ ਕਦੋਂ ਬਣ ਕੇ ਤਿਆਰ ਹੋ ਗਿਆ ਸੀ 1609 ਈਸਵੀ ਦੇ ਵਿੱਚ ਤੇ ਅਕਾਲ ਤਖਤ ਸਾਹਿਬ ਕਿੱਥੇ ਸਥਿਤ ਆ ਅੰਮ੍ਰਿਤਸਰ ਦੇ ਵਿੱਚ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਨਿਰਮਾਣ ਕਰਵਾਇਆ ਕਿੰਨਾਂ ਨੇ ਸੀ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਕਰਵਾਇਆ ਸੀ ਤੇ ਅਕਾਲ ਤਖਤ ਦਾ ਮਤਲਬ ਕੀ ਆ ਰੱਬ ਦੀ ਗੱਦੀ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਕਪਾਹ ਦੀ ਖੇਤੀ ਅਤੇ ਬਾਗਬਾਨੀ ਲਈ ਪੰਜਾਬ ਦਾ ਕਿਹੜਾ ਜ਼ਿਲ੍ਹਾ ਪ੍ਰਸਿੱਧ ਹੈ ਹਾਂਜੀ ਕਪਾਹ ਦੀ ਖੇਤੀ ਅਤੇ ਬਾਗਬਾਨੀ ਦੇ ਲਈ ਪੰਜਾਬ ਦਾ ਕਿਹੜਾ ਜ਼ਿਲ੍ਹਾ ਪ੍ਰਸਿੱਧ ਹੈ ਫਾਜ਼ਿਲਕਾ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਜੇਕਰ ਅਸੀਂ ਗੱਲ ਕਰੀਏ ਮਾਨਸਾ ਦੀ ਤਾਂ ਮਾਨਸਾ ਨੂੰ ਚਿੱਟੇ ਸੋਨੇ ਦੀ ਭੂਮੀ ਜਾਂ ਪੰਜਾਬ ਦੀ ਰੂਹ ਪੱਟੀ ਵੀ ਕਿਹਾ ਜਾਂਦਾ ਵਾ ਦੇਖੋ ਇਹ ਕਿੰਨਾ ਘਮਾਫਰਾ ਕੇ एग्जाम ਦੇ ਵਿੱਚ ਆਇਆ ਹੈ ਕਿ ਕਪਾਹ ਦੀ ਖੇਤੀ ਅਤੇ ਬਾਗਬਾਨੀ ਲਈ ਕਿਹੜਾ ਜ਼ਿਲ੍ਹਾ ਪ੍ਰਸਿੱਧ ਹੈ ਹੁਣ ਕਪਾਹ ਦੀ ਖੇਤੀ ਅਤੇ ਬਾਗਬਾਨੀ ਲਿਖਿਆ ਠੀਕ ਹੈ ਕਪਾਹ ਦੀ ਖੇਤੀ ਅਤੇ ਬਾਗਬਾਨੀ ਦੇ ਲਈ ਪੰਜਾਬ ਦਾ ਜਿਹੜਾ ਜ਼ਿਲ੍ਹਾ ਪ੍ਰਸਿੱਧਾ ਉਹ ਨੂੰ ਅਸੀਂ ਲਾਵਾਂਗੇ ਫਾਜ਼ਿਲਕਾ ਆਪਸ਼ਨ ਨੰਬਰ ਬੀ ਪਰ ਜੇਕਰ ਤੁਹਾਨੂੰ ਕੱਲਾ ਆਜੇ ਕਿ ਕਪਾਹ ਦੀ ਖੇਤੀ ਲਈ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹੇ ਪ੍ਰਸਿੱਧਾ ਕਪਾਹ ਦੀ ਖੇਤੀ ਦੇ ਲਈ ਮਾਨਸਾ ਫਾਜ਼ਿਲਕਾ ਬਠਿੰਡਾ ਤੇ ਮੁਕਤਸਰ ਸਾਹਿਬ ਇਹ ਸਾਰੇ ਹੀ ਫੇਮਸ ਹਨ 95% ਇਹਨਾਂ ਦੇ ਵਿੱਚ ਕਪਾਹ ਹੁੰਦੀ ਆ ਠੀਕ ਹੈ ਹੁਣ ਦੇਖੋ ਅਸੀਂ ਗੱਲ ਕਰੀਏ ਜੇਕਰ ਮਾਨਸਾ ਦੀ ਤਾਂ ਮਾਨਸਾ ਨੂੰ ਚਿੱਟੇ ਸੋਨੇ ਦੀ ਭੂਮੀ ਜਾਂ ਪੰਜਾਬ ਦੀ ਰੂ ਪੱਟੀ ਵੀ ਕਿਹਾ ਜਾਂਦਾ ਵਾ ਰੂ ਪੱਟੀ ਠੀਕ ਹੈ ਇਹ ਸਿਰਫ ਕਪਾਹ ਦੀ ਖੇਤੀ ਕਰਕੇ ਕਿਹਾ ਜਾਂਦਾ ਏ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਤੇ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਬਠਿੰਡੇ ਦੀ ਬਠਿੰਡੇ ਦਾ ਪੁਰਾਣਾ ਨਾਮ ਵਿਕਰਮਗੜ੍ਹ ਸੀ ਠੀਕ ਹੈ ਜੀ ਅਗਲਾ ਪ੍ਰਸ਼ਨ ਪੰਜਾਬ ਪੁਲਿਸ ਅਕੈਡਮੀ ਕਿਹੜੇ ਜ਼ਿਲ੍ਹੇ ਵਿੱਚ ਪੈਂਦੀ ਆ ਹਾਂਜੀ ਪੰਜਾਬ ਪੰਜਾਬ ਪੁਲਿਸ ਅਕੈਡਮੀ ਆ ਜਿਹੜੀ ਇਹ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਂਦੀ ਆ ਜਲੰਧਰ ਦੇ ਵਿੱਚ ਪੈਂਦੀ ਆ ਜਲੰਧਰ ਦੇ ਸਹਿਰ ਫਿਲੌਰ ਦੇ ਵਿੱਚ ਪੈਂਦੀ ਆ ਤੇ ਪੰਜਾਬ ਦੀ ਸਪੋਰਟਸ ਸਿਟੀ ਕਿਸ ਨੂੰ ਕਿਹਾ ਜਾਂਦਾ ਏ ਉਹ ਵੀ ਜਲੰਧਰ ਨੂੰ ਹੀ ਕਿਹਾ ਜਾਂਦਾ ਏ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਠੀਕ ਹੈ ਜੀ ਇਸ ਤੋਂ ਇਲਾਵਾ ਪੰਜਾਬ ਦੀ ਸਭ ਤੋਂ ਵੱਡੀ ਅਨਾਜ ਮੰਡੀ ਕਿੱਥੇ ਆ ਜਾਂ ਕਿਹੜੀ ਆ ਖੰਨਾ ਠੀਕ ਹੈ ਪੰਜਾਬ ਦੀ ਸਟੀਲ ਅਤੇ ਲੋਹ ਮੰਡੀ ਕਿਸ ਨੂੰ ਕਿਹਾ ਜਾਂਦਾ ਮੰਡੀ ਗੋਬਿੰਦਗੜ੍ਹ ਨੂੰ ਪੰਜਾਬ ਵਿੱਚ ਖਾਦ ਬਣਾਉਣ ਦਾ ਕਾਰਖਾਨਾ ਕਿੱਥੇ ਆ ਨਗਲ ਦੇ ਵਿੱਚ ਆ ਤੇ ਪੰਜਾਬ ਦਾ ਸਭ ਤੋਂ ਵੱਡਾ ਮਿਲਕ ਪਲਾਂਟ ਕਿੱਥੇ ਆ ਮੋਗਾ ਦੇ ਵਿੱਚ ਆ ਪੰਜਾਬ ਦੀ ਫਰਨੀਚਰ ਸਿਟੀ ਕਿਸ ਨੂੰ ਕਿਹਾ ਜਾਂਦਾ ਕਰਤਾਰਪੁਰ ਨੂੰ ਪੰਜਾਬ ਦੀ ਆਰਥਿਕ ਰਾਜਧਾਨੀ ਕਿਸ ਨੂੰ ਕਿਹਾ ਜਾਂਦਾ ਲੁਧਿਆਣਾ ਨੂੰ ਪੰਜਾਬ ਦਾ ਮਾਂਚੈਸਟਰ ਕਿਸ ਨੂੰ ਕਿਹਾ ਜਾਂਦਾ ਲੁਧਿਆਣਾ ਨੂੰ ਪੰਜਾਬ ਦਾ ਕੈਲੀਫੋਰਨੀਆ ਕਿਸ ਨੂੰ ਕਿਹਾ ਜਾਂਦਾ ਅਬੋਹਰ ਨੂੰ ਇਹ ਸਾਰੀਆਂ ਗੱਲਾਂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਅਗਲਾ ਪ੍ਰਸ਼ਨ ਆ ਜੀ ਪੰਜਾਬ ਦੀ ਸਭ ਤੋਂ ਵੱਡੀ ਅਨਾਜ ਮੰਡੀ ਕਿਹੜੀ ਹੈ ਹਾਂ ਜੀ ਮੈਂ ਆਲਰੇਡੀ ਦੱਸ ਚੁੱਕੀ ਹਾਂ ਕਿ ਪੰਜਾਬ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ ਹਾਂਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ ਤੇ ਇਹਨਾਂ ਨੇ ਅਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ ਸੀ ਅਨੰਦਪੁਰ ਸਾਹਿਬ ਦੀ ਸਥਾਪਨਾ ਕਰਨ ਦੇ ਨਾਲ-ਨਾਲ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਅਨੰਦਪੁਰ ਸਾਹਿਬ ਦਾ ਪੁਰਾਣਾ ਨਾਮ ਕੀ ਸੀ ਅਨੰਦਪੁਰ ਸਾਹਿਬ ਦਾ ਪੁਰਾਣਾ ਨਾਮ ਸੀ ਚੱਕ ਨਾਨਕੀ ਇਕੇ ਤੁਹਾਨੂੰ ਐਮਸੀਕਿਊ ਇਹ ਵੀ ਆ ਸਕਦਾ ਕਿ ਚੱਕ ਨਾਨਕੀ ਸਥਾਨ ਦੀ ਸਥਾਪਨਾ ਕਿਸ ਨੇ ਕੀਤੀ ਸੀ ਤਾਂ ਰਾਈਟ ਆਨਸਰ ਹੋਵੇਗਾ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੀਤੀ ਸੀ ਤੇ ਚੱਕ ਨਾਨਕੀ ਸ੍ਰੀ ਅਨੰਦਪੁਰ ਸਾਹਿਬ ਦਾ ਪੁਰਾਣਾ ਨਾਮ ਹੈ ਪਰ ਮਾਖੋਵਲ ਵੀ ਅਨੰਦਪੁਰ ਸਾਹਿਬ ਦਾ ਪੁਰਾਣਾ ਨਾਮ ਆ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੁਣ ਅਸੀਂ ਗੱਲ ਕਰ ਰਹੇ ਹਾਂ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਜਾ ਆਨਸਰ ਕਦੋਂ ਕੀਤਾ ਗਿਆ 11 ਨਵੰਬਰ 1675 ਈਸਵੀ ਦੇ ਵਿੱਚ ਔਰੰਗਜ਼ੇਬ ਦੇ ਹੁਕਮਾਂ ਤੇ ਸਹੀਦ ਕੀਤਾ ਗਿਆ ਸੀ ਹਾਂਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸੀਸ ਦਾ ਅੰਤਿਮ ਸੰਸਕਾਰ ਕਿੱਥੇ ਕੀਤਾ ਗਿਆ ਸੀ ਹਾਂਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸੀਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਆਨੰਦਪੁਰ ਸਾਹਿਬ ਦੇ ਵਿੱਚ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਧੜ ਦਾ ਸੰਸਕਾਰ ਕਿੱਥੇ ਕੀਤਾ ਗਿਆ ਸੀ ਦਿੱਲੀ ਦੇ ਵਿੱਚ ਹਾਂਜੀ ਅਗਲਾ ਪ੍ਰਸ਼ਨ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਕਦੋਂ ਹੋਈ ਹਾਂਜੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ 1704 ਈਸਵੀ ਦੇ ਵਿੱਚ ਹੋਈ ਸੀ ਠੀਕ ਹੈ ਪਹਿਲੀ ਲੜਾਈ 1701 ਦੇ ਵਿੱਚ ਹੋਈ ਸੀ ਤੇ ਇਸ ਤੋਂ ਇਲਾਵਾ ਖਿਦਰਾਣੇ ਦੀ ਲੜਾਈ 1705 ਦੇ ਵਿੱਚ ਹੋਈ ਸੀ ਨਦੌਨ ਦੀ ਲੜਾਈ 1690 ਦੇ ਵਿੱਚ ਹੋਈ ਸੀ ਪੰਗਾਣੀ ਦੀ ਲੜਾਈ 1668 ਦੇ ਵਿੱਚ ਹੋਈ ਸੀ ਚਮਕੌਰ ਸਾਹਿਬ ਦੀ ਲੜਾਈ 1705 ਦੇ ਵਿੱਚ ਹੋਈ ਸੀ ਖਾਲਸਾ ਪੰਥ ਦੀ ਸਥਾਪਨਾ 30 ਮਾਰਚ ਜਾਂ ਫਿਰ ਕਈ ਬੁੱਕਸ ਦੇ ਵਿੱਚ ਤੁਹਾਨੂੰ 30 ਮਾਰਚ ਮਿਲੇਗਾ ਵੈਸੇ 13 ਅਪ੍ਰੈਲ 1699 ਈਸਵੀ ਹੀ ਮੰਨਿਆ ਜਾਂਦਾ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਇਹ ਲਿਖਿਆ ਵਿੱਚੋਂ ਕਿਹੜੇ ਕਿਲੇ ਦਾ ਨਿਰਮਾਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਰਵਾਇਆ ਸੀ ਹਾਂਜੀ ਇਹਨਾਂ ਦੇ ਵਿੱਚੋਂ ਕਿਹੜੇ ਕਿਲੇ ਆ ਜਿਨ੍ਹਾਂ ਦਾ ਨਿਰਮਾਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਰਵਾਇਆ ਸੀ ਲੋਗੜ ਕੇਸਗੜ ਫਤਿਹਗੜ ਉਪਰੋਕਤ ਸਾਰੇ ਹੀ ਕਿਲਿਆਂ ਦਾ ਨਿਰਮਾਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਰਵਾਇਆ ਆਪਸ਼ਨ ਨੰਬਰ ਡੀ ਇਜ਼ ザ ਰਾਈਟ ਆਨਸਰ ਇਸ ਤੋਂ ਇਲਾਵਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫਤਿਹਗੜ ਅਨੰਤਪੁਰ ਸਾਹਿਬ ਸੌਰੀ ਆਨੰਦਗੜ ਪੌਂਟਾ ਸਾਹਿਬ ਠੀਕ ਹੈ ਫਤੇਗੜ ਆਨੰਦਗੜ ਪੌਂਟਾ ਸਾਹਿਬ ਲੋਗੜ ਕੇਸਗੜ ਹੋਲਗੜ ਇਹਨਾਂ ਦਾ ਨਿਰਮਾਣ ਵੀ ਕਰਵਾਇਆ ਸੀ ਠੀਕ ਹੈ ਜੀ ਅਗਲਾ ਪ੍ਰਸ਼ਨ ਹੇਠ ਵਿੱਚੋਂ ਕਿਹੜਾ ਨਾਂ ਬੰਦਾ ਬਹਾਦਰ ਦਾ ਨਹੀਂ ਹੈ ਹਾਂਜੀ ਇਹਨਾਂ ਦੇ ਵਿੱਚੋਂ ਬੰਦਾ ਬਹਾਦਰ ਦਾ ਨਾਮ ਕਿਹੜਾ ਨਹੀਂਗਾ ਤਾਂ ਬੰਦਾ ਬਹਾਦਰ ਜੀ ਦਾ ਨਾਮ ਨਹੀਂਗਾ ਗੁਰਦੇਵ ਸਿੰਘ অপਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਜੇਕਰ ਅਸੀਂ ਗੱਲ ਕਰੀਏ ਲਖਮਨ ਦਾਸ ਦੀ ਲਕਸ਼ਮਨ ਦਾਸ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬਚਪਨ ਦਾ ਨਾਮ ਤੁਹਾਡੇ ਲਈ ਕਾਫੀ ਹੀ ਇੰਪੋਰਟੈਂਟ ਹੈ ਧਿਆਨ ਦੇਣਾ ਜੋ ਮੈਂ ਬੋਲਣ ਜਾ ਰਹੀ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬਚਪਨ ਦਾ ਨਾਮ ਕੀ ਸੀ ਲਕਸ਼ਮਨ ਦਾਸ ਜੇਕਰ ਅਸੀਂ ਗੱਲ ਕਰੀਏ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੈਰਾਗੀ ਬਣਨ ਤੋਂ ਨਾਮ ਕੀ ਪਿਆ ਬਰਾਗੀ ਬੈਰਾਗੀ ਬਣਨ ਤੋਂ ਬਾਅਦ ਜਾਨਕੀ ਪ੍ਰਸ਼ਾਦ ਨੇ ਇਹਨਾਂ ਨੂੰ ਨਾਮ ਦਿੱਤਾ ਸੀ ਮਾਦੋ ਦਾਸ ਦਾ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਸੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਨੂੰ ਅੰਮ੍ਰਿਤ ਛਕਾ ਕੇ ਇਹਨਾਂ ਦਾ ਨਾਮ ਗੁਰੂ ਵਕਸ਼ ਸਿੰਘ ਰੱਖਿਆ ਸੀ ਠੀਕ ਹੈ অপਸ਼ਨ ਨੰਬਰ ਸੀ ਸੀ ਜਾਂ ਜਿਹੜਾ ਇਹ ਮਤਲਬ ਕਿ ਗੁਰੂ ਵਕਸ਼ ਸਿੰਘ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰੱਖਿਆ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਠੀਕ ਹੈ ਇਸ ਗੱਲ ਦਾ ਧਿਆਨ ਰੱਖਣਾ ਜੋ ਮੈਂ ਬੋਲਣ ਜਾ ਰਹੀਆਂ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਮੇਰੇ ਮਾਈਂਡਸ ਨੇ ਇੱਕ MCQ ਆ ਰਿਹਾ ਵਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਗਾੜੇ ਦਾ ਨਾਮ ਕੀ ਸੀ ਗੋਬਿੰਦ ਨਗਾੜਾ ਰਣਜੀਤ ਨਗਾੜਾ ਖਾਲਸਾ ਨਗਾੜਾ ਜਾਂ ਵਾਹਿਗੁਰੂ ਨਗਾੜਾ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਗਾੜੇ ਦਾ ਨਾਮ ਸੀ ਰਣਜੀਤ ਨਗਾੜਾ ਠੀਕ ਹੈ ਹੁਣ ਅਸੀਂ ਗੱਲ ਕਰ ਰਹੇ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦੇੜ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ 1708 ਈਸਵੀ ਦੇ ਵਿੱਚ ਮਿਲੇ ਸੀ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਾਪਸ ਆਉਣ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਜ ਤੀਰ ਦਿੱਤੇ ਸਨ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਤੇ 19 ਜੂਨ 1716 ਈਸਵੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗੁਰਦਾਸ ਨਗਲ ਦੀ ਲੜਾਈ 1715 ਈਸਵੀ ਦੇ ਵਿੱਚ ਜਿਹੜੀ ਹੋਈ ਸੀਗੀ ਉਸ ਦੇ ਵਿੱਚ ਹੀ ਕੈਦ ਕਰ ਲਿਆ ਗਿਆ ਸੀ ਉਸ ਤੋਂ ਬਾਅਦ 19 ਜੂਨ 1716 ਨੂੰ ਪੂਰੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ ਹਾਂਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਵੈਰੀ ਵੈਰੀ ਇੰਪੋਰਟੈਂਟ ਬਾਬਾ ਬੰਦਾ ਸਿੰਘ ਬਹਾਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿੱਥੇ ਮਿਲੇ ਸਨ ਹਾਂਜੀ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਸੀ ਨਾ ਦੇੜ ਵਿਖੇ ਪਰ ਸੌਰੀ ਇੱਥੇ ਆਪਸ਼ਨ ਕਦੋਂ ਦੇ ਹਿਸਾਬ ਨਾਲ ਐਡ ਹੋਈ ਹੋਈਆਂ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਦੋਂ ਮਿਲੇ ਸਨ 1708 ਦੇ ਵਿੱਚ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ 1947 ਵਿੱਚ ਹੋਈ ਵੰਡ ਦੌਰਾਨ ਲੈਂਦੇ ਪੰਜਾਬ ਨੂੰ ਕੀ ਨਾਮ ਦਿੱਤਾ ਗਿਆ ਹਾਂਜੀ ਵੈਰੀ ਵੈਰੀ ਇੰਪੋਰਟੈਂਟ 1947 ਦੇ ਵਿੱਚ ਜਦੋਂ ਵੰਡ ਹੋਈ ਸੀਗੀ ਤਾਂ ਲੈਂਦੇ ਪੰਜਾਬ ਨੂੰ ਕੀ ਨਾਮ ਦਿੱਤਾ ਗਿਆ ਸੀ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣ ਕਾਫੀ ਹੈਲਪਫੁਲ ਆ ਹਾਂਜੀ ਲੈਂਦੇ ਪੰਜਾਬ ਨੂੰ ਨਾਮ ਦਿੱਤਾ ਗਿਆ ਸੀ ਦਾ ਪਾਕਿਸਤਾਨ ਤੇ ਚੜਦੇ ਪੰਜਾਬ ਨੂੰ ਨਾਮ ਦਿੱਤਾ ਗਿਆ ਸੀ ਭਾਰਤ অপশন নাম্বার বি ਤੁਹਾਡਾ ਇੱਥੇ ਰਾਈਟ ਆਨਸਰ ਆ। ਅਗਲਾ ਪ੍ਰਸ਼ਨ ਨੂਰਾਤਿਆਂ ਦਾ ਤਿਹਾਰ ਕਿਹੜੇ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਹੈ? ਹਾਂਜੀ ਨੂਰਾਤਿਆਂ ਦਾ ਤਿਹਾਰ ਆ ਜਿਹੜਾ ਇਹ ਅਸੂ ਦੇ ਮਹੀਨੇ ਮਨਾਇਆ ਜਾਂਦਾ ਹੈ। অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। RAM NAVAMI ਦਾ ਤਿਹਾਰ ਕਦੋਂ ਮਨਾਇਆ ਜਾਂਦਾ? ਚੇਤ ਦੇ ਦੇਸੀ ਮਹੀਨੇ ਦੇ ਨਾਮ ਪਹਿਲਾ ਪਹਿਲਾ ਮਹੀਨਾ ਹੁੰਦਾ ਵਾ ਚੇਤ ਠੀਕ ਹੈ। ਤੇ RAM NAVAMI ਦਾ ਤਿਹਾਰ ਕਦੋਂ ਮਨਾਇਆ ਜਾਂਦਾ ਵਾ ਚੇਤ ਦੇ ਵਿੱਚ। ਜਿਹੜਾ ਕਿ ਦੇਸ਼ ਦੇਸੀ ਮਹੀਨੇ ਦਾ ਪਹਿਲਾ ਮਹੀਨਾ ਹੁੰਦਾ ਦੀਵਾਲੀ ਕਦੋਂ ਮਣਾਈ ਜਾਂਦੀ ਹੈ ਕੱਤਕ ਦੇ ਵਿੱਚ ਜਨਮ ਆਸਟਮੀਂ ਕਦੋਂ ਮਣਾਈ ਜਾਂਦੀ ਹੈ ਭਾਦੋਂ ਦੇ ਵਿੱਚ ਠੀਕ ਹੈ ਇਸ ਪਾਰ ਦਾ ਮੇਲਾ ਕਦੋਂ ਲੱਗਦਾ ਭਾਦੋਂ ਦੇ ਵਿੱਚ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਅਗਲਾ ਪ੍ਰਸ਼ਨ ਪੰਜਾਬ ਦਾ ਦਿਲ ਕਿਸ ਨੂੰ ਕਿਹਾ ਜਾਂਦਾ ਹਾਂਜੀ ਪੰਜਾਬ ਹਾਰਟ ਆਫ ਪੰਜਾਬ ਕਿਸ ਨੂੰ ਕਿਹਾ ਜਾਂਦਾ ਹੈ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖਣ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਫਗਵਾੜਾ ਪੰਜਾਬ ਦਾ ਦਿਲ ਫਗਵਾੜਾ ਨੂੰ ਕਿਹਾ ਜਾਂਦਾ ਹੈ অপশন নাম্বার সি ইজ দা রাইট आंसर अगला प्रश्न पंजाब दा शेक्सपियर کس نو ਕਿਹਾ ਜਾਂਦਾ ਹੈ हां जी पंजाब दा शेक्सपियर देखो जो मैं बोलन जा रही हां ध्यान से रखना बहुत सारे स्टूडेंट वारिश शाह ਦੇ ਵਿੱਚ ਜਾਂ ਕਾਲੀਦਾਸ ਦੇ ਵਿੱਚ ਪਜ਼ਲ ਹੁੰਦੇ ਰਹਿੰਦੇ ਆ ਜਿਵੇਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪੰਜਾਬ ਦਾ ਸ਼ੇਕਸਪੀਅਰ वारिशਾ ਨੂੰ ਕਿਹਾ ਜਾਂਦਾ ਭਾਰਤ ਦਾ ਸ਼ੇਕਸਪੀਅਰ ਕਾਲੀਦਾਸ ਨੂੰ ਕਿਹਾ ਜਾਂਦਾ सुरेंद्र कौर ਨੂੰ ਪੰਜਾਬ ਦੀ ਕੋਇਲ ਕਿਹਾ ਜਾਂਦਾ ਵਾ ਤੇ ਭਗਤ ਪੂਰਨ ਸਿੰਘ ਨੂੰ ਭਗਤ ਪੂਰਨ ਸਿੰਘ ਨੂੰ ਮਦਰ ਟੈਰੇਸਾ ਕਿਹਾ ਜਾਂਦਾ ਵਾ ਠੀਕ ਹੈ ਹੁਣ ਇੱਥੇ ਰਾਈਟ ਆਨਸਰ ਹੈ অপਸ਼ਨ ਨੰਬਰ ਏ ਤੁਹਾਡਾ ਕਿ ਪੰਜਾਬ ਦਾ ਸ਼ੇਕਸਪੀਅਰ ਵਾਰਿਸ ਸ਼ਾਹ ਨੂੰ ਬੋਲਿਆ ਜਾਂਦਾ ਹਾਂਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਗੁਰਦੁਆਰਾ ਥੜਾ ਸਾਹਿਬ ਕਿੱਥੇ ਸਥਿਤ ਹੈ ਹਾਂਜੀ ਗੁਰਦੁਆਰਾ ਗੁਰਦੁਆਰਾ ਥੜਾ ਸਾਹਿਬ ਕਿੱਥੇ ਸਥਿਤ ਹੈ ਕਰਤਾਰਪੁਰ ਦੇ ਵਿੱਚ অপਸ਼ਨ ਨੰਬਰ ਡੀ ਇਸ ਆ ਰਾਈਟ ਆਨਸਰ ਅਗਲਾ ਪ੍ਰਸ਼ਨ ਪੰਜਾਬ ਵਿੱਚ ਪਹਿਲਾ ਸੂਰਜ ਊਰਜਾ ਪਲਾਂਟ ਕਿੱਥੇ ਸਥਿਤ ਹੈ ਹਾਂਜੀ ਪੰਜਾਬ ਦੇ ਵਿੱਚ ਪਹਿਲਾ ਸੂਰਜੀ ਊਰਜਾ ਪਲਾਂਟ ਕਿੱਥੇ ਸਥਿਤ ਹੈ ਅੰਮ੍ਰਿਤਸਰ ਦੇ ਵਿੱਚ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਤੇ ਅੰਮ੍ਰਿਤਸਰ ਦਾ ਪੁਰਾਣਾ ਨਾਮ ਕੀ ਹੈ ਰਮਦਾਸਪੁਰਾ ਤੇ ਇਸ ਦੀ ਸਥਾਪਨਾ ਕਿੰਨਾ ਨੇ ਕੀਤੀ ਸੀ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ 1570 ਈਸਵੀ ਦੇ ਵਿੱਚ ਅੰਮ੍ਰਿਤਸਰ ਦੀ ਸਥਾਪਨਾ ਕੀਤੀ ਸੀ ਇਸ ਤੋਂ ਇਲਾਵਾ ਪੰਜਾਬ ਦਾ ਸਭ ਤੋਂ ਵੱਡਾ ਹਵਾਈ ਅੱਡਾ ਕਿੱਥੇ ਸਥਿਤ ਹੈ ਤਾਂ ਉਹ ਵੀ ਅੰਮ੍ਰਿਤਸਰ ਦੇ ਵਿੱਚ ਹੀ ਸਥਿਤ ਹੈ ਠੀਕ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਅਗਲਾ ਪ੍ਰਸ਼ਨ ਹਾਕੀ ਯੂਨੀਵਰਸਿਟੀ ਆਫ ਪੰਜਾਬ ਕਿਸ ਨੂੰ ਕਿਹਾ ਜਾਂਦਾ ਹੈ ਹਾਂਜੀ ਹਾਕੀ ਯੂਨੀਵਰਸਿਟੀ ਆਫ ਪੰਜਾਬ ਸੰਸਾਰਪੁਰ ਨੂੰ ਕਿਹਾ ਜਾਂਦਾ ਹੈ ਜਿਹੜਾ ਕਿ ਜਲੰਧਰ ਦੇ ਵਿੱਚ ਪੈਂਦਾ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਹੇਠ ਲਿਖਿਆਂ ਵਿੱਚੋਂ ਕਿਹੜੇ ਜ਼ਿਲ੍ਹੇ ਦਾ ਪੁਰਾਣਾ ਨਾਮ ਆਨੰਦਗੜ੍ਹ ਸੀ ਹਾਂਜੀ ਕਿਹੜਾ ਜ਼ਿਲ੍ਹਾ ਵਾ ਜਿਸ ਦਾ ਪੁਰਾਣਾ ਨਾਮ ਆਨੰਦਗੜ੍ਹ ਸੀ ਬਰਨਾਲਾ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਇਸ ਤੋਂ ਇਲਾਵਾ ਬਿਚਿੰਡਾ ਦਾ ਪੁਰਾਣਾ ਨਾਮ ਕੀ ਸੀ ਵਿਕਰਮਗੜ੍ਹ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਰੇਲਵੇ ਵਰਕਸ਼ਾਪ ਹੈ ਹਾਂਜੀ ਪੰਜਾਬ ਦਾ ਕਿਹੜਾ ਸ਼ਹਿਰ ਆ ਜਿੱਥੇ ਰੇਲਵੇ ਵਰਕਸ਼ਾਪ ਆ ਤਾਂ ਇਹ ਹੈ ਜੀ ਪਟਿਆਲਾ ਦੇ ਵਿੱਚ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਇਸ ਤੋਂ ਇਲਾਵਾ ਪੰਜਾਬ ਦਾ ਸਭ ਤੋਂ ਵੱਡਾ ਰੇਲਵੇ ਜੰਕਸ਼ਨ ਕਿੱਥੇ ਆ ਬਠਿੰਡਾ ਦੇ ਵਿੱਚ ਆ ਪਰ ਤੇਰੇ ਰੇਲਵੇ ਸਟੇਸ਼ਨ ਸਭ ਤੋਂ ਵੱਡਾ ਕਿੱਥੇ ਆ ਅੰਮ੍ਰਿਤਸਰ ਦੇ ਵਿੱਚ ਆ ਤੇ ਰੇਲ ਕੋਚ ਫੈਕਟਰੀ ਕਿੱਥੇ ਆ ਕਪੂਰਥਲਾ ਦੇ ਵਿੱਚ ਆ ਅਗਲਾ ਪ੍ਰਸ਼ਨ ਆ ਜੀ ਤੂਤਾਂ ਵਾਲਾ ਖੂ ਨਾਵਲ ਕਿਸ ਦੀ ਰਚਨਾ ਹੈ ਵੈਰੀ ਇੰਪੋਰਟੈਂਟ ਹਾਂਜੀ ਤੂਤਾਂ ਵਾਲਾ ਖੂ ਨਾਵਲ ਸੋਹਨ ਸਿੰਘ ਸੀਤਲ ਦੀ ਰਚਨਾ ਹੈ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਅ ਚਿੱਟਾਲਾਹੂ ਕੋਕ ਜਿਹੜੇ ਇੰਪੋਰਟੈਂਟ ਆ ਮੈਂ ਤੁਹਾਨੂੰ ਉਹੀ ਦੱਸ ਰਹੀ ਆ ਚਿੱਟਾ ਲਹੂ ਨਾਨਕ ਸਿੰਘ ਦੀ ਰਚਨਾ ਹੈ ਠੀਕ ਹੈ ਰਸੀਦ ਦੀ ਟਿਕਟ ਅਮਿਰਤਾ ਪ੍ਰੀਤਮ ਦੀ ਰਚਨਾ ਹੈ ਪਿੰਜਰ ਵੀ ਅਮਿਰਤਾ ਪ੍ਰੀਤਮ ਦੀ ਰਚਨਾ ਹੈ ਲੂਣਾ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਹੈ ਸ਼ਿਵ ਕੁਮਾਰ ਬਟਾਲਵੀ ਨੂੰ ਵਿਰਹਾਂ ਦਾ ਸੁਲਤਾਨ ਕਿਹਾ ਜਾਂਦਾ ਠੀਕ ਹੈ ਤੇ ਪਵਿੱਤਰ ਪਾਪੀ ਨਾਨਕ ਸਿੰਘ ਦੀ ਰਚਨਾ ਹੈ ਇਸ ਤੋਂ ਇਲਾਵਾ ਅੰਨੇ ਕੋੜੇ ਦਾ ਦਾਨ ਗੁਰਦੇਵਾਲ ਸਿੰਘ ਦੀ ਰਚਨਾ ਹੈ ਸੁੰਦਰੀ ਭਾਈ ਵੀਰ ਸਿੰਘ ਦੀ ਰਚਨਾ ਹੈ ਮੇਰੇ ਸਾਈਆਂ ਜੀ ਉਹ ਵੀ ਭਾਈ ਵੀਰ ਸਿੰਘ ਦੀ ਹੀ ਰਚਨਾ ਹੈ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਹਾਂਜੀ ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਹਾਂਜੀ ਰਾਜ ਸਭਾ ਦੇ ਮੈਂਬਰ ਤੁਹਾਨੂੰ ਪਤਾ ਹੋਣਾ ਚਾਹੀਦਾ ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਮੈਂ ਆਲਰੇਡੀ ਤੁਹਾਨੂੰ ਦੱਸਦੀਆਂ ਕਿ ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਲੋਕ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਜਦੋਂ ਵੀ ਅਸੀਂ ਸੰਵਿਧਾਨ ਦੇ ਵਿੱਚ ਗੱਲ ਕਰਦੇ ਹਾਂ ਹਰੇਕ ਤੀਜੇ ਪ੍ਰਸ਼ਨ ਦੇ ਨਾਲ ਐਕਸਟਰਾ ਫੈਕਟ ਦੇ ਵਿੱਚ ਮੈਂ ਤੁਹਾਨੂੰ ਬਹੁਤ ਵਾਰ ਦੱਸਦੀਆਂ ਠੀਕ ਹੈ ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਹੁੰਦਾ ਹੈ 6 ਸਾਲ ਦਾ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਤੇ ਲੋਕ ਸਭਾ ਦੇ ਮੈਂਬਰਾਂ ਦਾ ਕਿੰਨਾ ਹੁੰਦਾ 5 ਸਾਲ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਹਾਂਜੀ ਅਗਲਾ ਪ੍ਰਸ਼ਨ ਸੀ ਕਰਦੇ ਹਾਂ ਹਾਫ ਮੈਨ ਕੱਪ ਕਿਸ ਖੇਤ ਨਾਲ ਸੌਰੀ ਕਿਸ ਖੇਡ ਨਾਲ ਸੰਬੰਧਿਤ ਹੈ ਹਾਫ ਮੈਨ ਕੱਪ ਆ ਜਿਹੜਾ ਕਿਸ ਖੇਡ ਦੇ ਨਾਲ ਸੰਬੰਧਿਤ ਹੈ ਟੈਨਿਸ ਦੇ ਨਾਲ অপਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਫਤਿਹਗੜ ਸਿਕਰੀ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ ਹਾਂਜੀ ਫਤਿਹਗੜ ਸਿਕਰੀ ਦਾ ਜਿਹੜਾ ਨਿਰਮਾਣ ਆ ਉਹ ਕਰਵਾਇਆ ਸੀਗਾ ਅਕਬਰ ਨੇ অপਸ਼ਨ ਨੰਬਰ ਸੀ ਇਜ਼ ਅ ਰਾਈਟ ਆਨਸਰ ਅਕਬਰ ਨੈਕਸਟ ਕੁਐਸਚਨ ਜਹਾਂਗੀਰ ਦੇ ਦਰਬਾਰ ਵਿੱਚ ਪੰਛੀਆਂ ਦੇ ਚਿੱਤਰ ਬਣਾਉਣ ਵਾਲੇ ਮਹਾਨ ਚਿੱਤਰਕਾਰ ਕੌਣ ਸਨ ਹਾਂਜੀ ਜਹਾਂਗੀਰ ਦੇ ਦਰਬਾਰ ਦੇ ਵਿੱਚ ਪੰਛੀਆਂ ਦੇ ਚਿੱਤਰ ਬਣਾਉਣ ਵਾਲੇ ਮਹਾਨ ਚਿੱਤਰਕਾਰ ਸਨ ਮਨਸੂਰ ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਆ ਜੀ ਟੀਵੀ ਬਿਮਾਰੀ ਦੀ ਰੋਕਥਾਮ ਲਈ ਕਿਹੜਾ ਟੀਕਾ ਲਗਾਇਆ ਜਾਂਦਾ ਹੈ ਹਾਂਜੀ ਟੀਵੀ ਬਿਮਾਰੀ ਦੀ ਰੋਕਥਾਮ ਦੇ ਲਈ BCG ਦਾ ਟੀਕਾ ਲਗਾਇਆ ਜਾਂਦਾ ਹੈ ਤੇ BCG ਦੀ ਫੁੱਲ ਫਾਰਮ ਕੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ ਅਗਲਾ ਪ੍ਰਸ਼ਨ ਵੈਰੀ ਇੰਪੋਰਟੈਂਟ ਪਲਾਸੀ ਦੇ ਯੁੱਧ ਸਮੇਂ ਬੰਗਾਲ ਦਾ ਨਵਾਬ ਕੌਣ ਸੀ ਹਾਂਜੀ ਪਲਾਸੀ ਦਾ ਯੁੱਧ ਦੇਖੋ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪਲਾਸੀ ਦਾ ਯੁੱਧ ਜਾਂ ਪਲਾਸੀ ਦੀ ਲੜਾਈ ਹੋਈ ਕਦੋਂ ਸੀ ਇਹ 1757 ਈਸਵੀ ਦੇ ਵਿੱਚ ਹੋਈ ਸੀ ਤੇ ਪਲਾਸੀ ਦੀ ਲੜਾਈ ਦੇ ਵਿੱਚ ਅੰਗਰੇਜ਼ਾਂ ਦੀ ਅਗਵਾਈ ਕੀਤੀ ਸੀਗੀ ਰੋਬਰਟ ਕਲਾਈਜ਼ ਨੇ ਠੀਕ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਪਲਾਸੀ ਦੇ ਯੁੱਧ ਸਮੇਂ ਬੰਗਾਲ ਦੇ ਨਵਾਬ ਸਨ ਸਿਰਾਜੂਦੋਲਾ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਗੁਜਰਾਤ ਦੀ ਜੀਵਨ ਰੇਖਾ ਕਿਸ ਨਦੀ ਨੂੰ ਕਿਹਾ ਜਾਂਦਾ ਹੈ ਹਾਂਜੀ ਗੁਜਰਾਤ ਦੀ ਜੀਵਨ ਰੇਖਾ ਨਰਮਦਾ ਨਦੀ ਨੂੰ ਕਿਹਾ ਜਾਂਦਾ ਹੈ অপਸ਼ਨ ਨੰਬਰ ਡੀ ਇਜ਼ ਅ ਰਾਈਟ ਆਨਸਰ ਨੈਕਸਟ ਕੁਐਸਚਨ ਭਾਰਤ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈ ਹਾਂਜੀ ਭਾਰਤ ਦੀ ਸਭ ਤੋਂ ਲੰਬੀ ਨਦੀ ਹੈ ਗੰਗਾ ਨਦੀ অপਸ਼ਨ ਨੰਬਰ ਏ ਇਜ਼ ਅ ਰਾਈਟ ਆਨਸਰ ਤੇ ਇਸ ਦੀ ਲੰਬਾਈ ਹੈ 2704 ਕਿਲੋਮੀਟਰ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਕਦੋਂ ਮਨਾਇਆ ਜਾਂਦਾ ਹੈ हां जी अंतरराष्ट्रीय मजदूर दिवस हर एक साल 1 मई ਨੂੰ ਮਨਾਇਆ ਜਾਂਦਾ ਹੈ অপশন ਨੰਬਰ A ਇਜ਼ ザ রাইਟ ਆਨਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਹੈਜ਼ਾ ਰੋਗ ਕਿਸ ਕਾਰਨ ਹੁੰਦਾ ਹੈ हां जी ਹੈਜ਼ਾ ਰੋਗ ਹੈਜ਼ਾ ਰੋਗ ਆ ਜਿਹੜਾ ਇਹ ਜੀਵਾਣੂਆਂ ਦੇ ਕਾਰਨ ਹੁੰਦਾ অপশন ਨੰਬਰ B ਇਜ਼ ザ রাইਟ ਆਨਸਰ ਨੈਕਸਟ ਕੁਐਸਚਨ ਚਾਹ ਦੀ ਖੇਤੀ ਲਈ ਸਭ ਤੋਂ ਉਚਿਤ ਮਿੱਟੀ ਕਿਹੜੀ ਆ ਹਾਂਜੀ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਚਾਹ ਦੀ ਖੇਤੀ ਦੇ ਵਿੱਚ ਅਸਾਮ ਆਜੋ ਭਾਰਤ ਦਾ ਕਿਹੜਾ ਰਾਜ ਟੌਪ ਤੇ ਆ ਅਸਾਮ ਠੀਕ ਹੈ ਚਾਹ ਦੀ ਖੇਤੀ ਲਈ ਸਭ ਤੋਂ ਉਚਿਤ ਮਿੱਟੀ ਕਿਹੜੀ ਆ ਲੈਟਰਾਈਟ ਮਿੱਟੀ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਆਜੋ ਭਾਰਤ ਦੀ ਸਭ ਤੋਂ ਚੌੜੀ ਨਦੀ ਕਿਹੜੀ ਆ ਹਾਂਜੀ ਭਾਰਤ ਦੀ ਸਭ ਤੋਂ ਚੌੜੀ ਨਦੀ ਕਿਹੜੀ ਆ ਬ੍ਰਹਮਪੁੱਤਰ ਨਦੀ অপশন নাম্বার সি ইজ দা রাইট আনসার চোডি ਦੀ ਗੱਲ ਹੋ ਰਹੀ ਹੈ ਠੀਕ ਹੈ ਧਿਆਨ ਰੱਖਣਾ ਅਗਲਾ ਪ੍ਰਸ਼ਨ ਹੈ ਜੀ ਅਧਿਆਪਕ ਦਿਵਸ ਕਦੋਂ ਮਨਾਇਆ ਅਧਿਆਪਕ ਦਿਵਸ ਕਦੋਂ ਮਨਾਇਆ ਜਾਂਦਾ ਹੈ ਹਾਂਜੀ ਅਧਿਆਪਕ ਦਿਵਸ ਹਰੇਕ ਸਾਲ 5 ਸਤੰਬਰ ਨੂੰ ਮਨਾਇਆ ਜਾਂਦਾ ਹੈ অপশন ਨੰਬਰ এ ਇਜ਼ দা রাইট ਆਨਸਰ ਪਰ 5 ਸਤੰਬਰ ਨੂੰ ਤਾਂ ਰਾਸ਼ਟਰੀ ਅਧਿਆਪਕ ਦਿਵਸ ਮਨਾਇਆ ਜਾਂਦਾ ਅੱਜ ਜੇਕਰ ਅਸੀਂ ਗੱਲ ਕਰੀਏ ਵਿਸ਼ਵ ਅਧਿਆਪਕ ਦਿਵਸ ਦੀ ਇਹ 5 ਅਕਤੂਬਰ ਨੂੰ ਮਨਾਇਆ ਜਾਂਦਾ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਰਾਸ਼ਟਰਪਤੀ ਆਪਣਾ ਅਸਤੀਫਾ ਕਿਸ ਨੂੰ ਦਿੰਦਾ ਹੈ ਹਾਂਜੀ ਰਾਸ਼ਟਰਪਤੀ ਆਪਣਾ ਅਸਤੀਫਾ ਉਪਰਾਸ਼ਟਰਪਤੀ ਨੂੰ ਦਿੰਦਾ ਹੈ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਵਿਸ਼ਵ ਦਾ ਸਭ ਤੋਂ ਵੱਡਾ ਮਹਾਦੀਪ ਕਿਹੜਾ ਹੈ ਹਾਂਜੀ ਵਿਸ਼ਵ ਦਾ ਸਭ ਤੋਂ ਵੱਡਾ ਮਹਾਦੀਪ ਹੈ ਏਸ਼ੀਆ ਮਹਾਦੀਪ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਤੇ ਸਭ ਤੋਂ ਛੋਟਾ ਕਿਹੜਾ ਹੈ ਆਸਟ੍ਰੇਲੀਆ ਠੀਕ ਹੈ ਅਗਲਾ ਪ੍ਰਸ਼ਨ ਸਭ ਤੋਂ ਪਹਿਲਾਂ ਚੰਨ ਤੇ ਵਿਅਕਤੀ ਭੇਜਣ ਵਾਲਾ ਕਿਹੜਾ ਦੇਸ਼ ਸੀ ਹਾਂਜੀ ਸਭ ਤੋਂ ਪਹਿਲਾਂ ਚੰਨ ਤੇ ਵਿਅਕਤੀ ਗਿਆ ਸੀ ਅਮਰੀਕਾ ਦਾ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਭਾਰਤ ਦੇ ਉਪ ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਹਾਂਜੀ ਭਾਰਤ ਦੇ ਉਪ ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਹੁੰਦਾ ਹੈ 5 ਸਾਲ ਦਾ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਠੀਕ ਹੈ ਤੇ ਰਾਸ਼ਟਰਪਤੀ ਦਾ ਵੀ 5 ਸਾਲ ਦਾ ਹੁੰਦਾ ਉਪ ਰਾਸ਼ਟਰਪਤੀ ਦਾ ਵੀ 5 ਸਾਲ ਦਾ ਹੁੰਦਾ ਤੇ ਐਟ ਪ੍ਰੈਸੈਂਟ ਭਾਰਤ ਦੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਕੌਣ ਨੇ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ ਤੇ ਕਿੰਨੇ ਨੰਬਰ ਦੇਣੇ ਇਹ ਵੀ ਤੁਸੀਂ ਲਿਖੋਗੇ ਹਾਂਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਸੰਵਿਧਾਨ ਵਿੱਚ ਸੰਸ਼ੋਧਨ ਸਭ ਤੋਂ ਪਹਿਲਾਂ ਕਦੋਂ ਹੋਇਆ ਸੀ ਹਾਂਜੀ ਸੰਵਿਧਾਨ ਦੇ ਵਿੱਚ ਸਭ ਤੋਂ ਪਹਿਲਾਂ ਸੰਸ਼ੋਧਨ ਕਦੋਂ ਹੋਇਆ ਸੀ 1951 ਦੇ ਵਿੱਚ অপশন নাম্বার এ ইজ দা রাইট আনসার ਤੇ ਭਾਰਤ ਦੇ ਸੰਵਿਧਾਨ ਵਿੱਚ ਸੰਸ਼ੋਧਨ ਕਰਨ ਦੀ ਪ੍ਰਕਿਰਿਆ ਆਪਾਂ ਲਈ ਕਿੱਥੋਂ ਆ ਦੱਖਣੀ ਦੱਖਣੀ ਅਫਰੀਕਾ ਤੋਂ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਰਾਜ ਸਭਾ ਦਾ ਕਾਰਜਕਾਲ ਕਿਸ ਤਰ੍ਹਾਂ ਦਾ ਹੁੰਦਾ ਹੈ ਹਾਂਜੀ ਰਾਜ ਸਭਾ ਦਾ ਕਾਰਜਕਾਲ ਕਿਸ ਤਰ੍ਹਾਂ ਦਾ ਹੁੰਦਾ ਹੈ ਸਥਾਈ ਹੁੰਦਾ ਹੈ অপশন ਨੰਬਰ ਬੀ ਇਜ਼ ਦਾ রাইਟ ਆਨਸਰ ਹਾਂਜੀ ਇਸ ਤੋਂ ਇਲਾਵਾ ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਕਿੰਨੇ ਸਾਲ ਦਾ ਹੁੰਦਾ 6 ਸਾਲ ਦਾ ਲੋਕ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੁੰਦਾ 5 ਸਾਲ ਦਾ ਤੇ ਸੰਸਦ ਦੇ ਕਿਹੜੇ ਸदन ਨੂੰ ਉੱਚਾ ਸदन ਕਿਹਾ ਜਾਂਦਾ ਹੈ ਰਾਜ ਸਭਾ ਦੇ ਸदन ਨੂੰ ਤੇ ਸੰਸਦ ਦੇ ਕਿਹੜੇ ਸदन ਨੂੰ ਨੀਵਾਂ ਸदन ਕਿਹਾ ਜਾਂਦਾ ਹੈ ਲੋਕ ਸਭਾ ਦੇ ਸदन ਨੂੰ ਤੇ ਲੋਕ ਸਭਾ ਦੇ ਸਪੀਕਰ ਦੀ ਨਿਯੁਕਤੀ ਕੌਣ ਕਰਦਾ ਲੋਕ ਸਭਾ ਦੇ ਮੈਂਬਰ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਇਸ ਤਰ੍ਹਾਂ ਲਿੰਕ ਕਰਕੇ ਯਾਦ ਕਰਿਆ ਕਰੋ ਅਗਲਾ ਪ੍ਰਸ਼ਨ ਹੈ ਜੀ ਲੋਕ ਸਭਾ ਦੇ ਸਪੀਕਰ ਦੀ ਨਿਯੁਕਤੀ ਕੌਣ ਕਰਦਾ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕੀ ਹਾਂ ਕਿ ਲੋਕ ਸਭਾ ਦੇ ਸਪੀਕਰ ਦੀ ਨਿਯੁਕਤੀ ਲੋਕ ਸਭਾ ਦੇ ਮੈਂਬਰ ਕਰਦੇ ਆ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਸੂਚਨਾ ਦੇ ਅਧਿਕਾਰ ਨੂੰ ਜੋੜਿਆ ਗਿਆ ਹਾਂਜੀ ਸੂਚਨਾ ਦੇ ਅਧਿਕਾਰ ਨੂੰ ਕਿਹੜੇ ਅਨੁਛੇਦ ਦੇ ਵਿੱਚ ਜੋੜਿਆ ਗਿਆ ਸੀਗਾ ਤਾਂ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਏ 19A ਆਰਟੀਕਲ 19A ਦੇ ਵਿੱਚ ਸੂਚਨਾ ਦੇ ਅਧਿਕਾਰ ਨੂੰ ਜੋੜਿਆ ਗਿਆ ਸੀ ਆਰਟੀਕਲ 19A ਇੱਕ ਮੂਲ ਅਧਿਕਾਰ ਹੈ ਠੀਕ ਹੈ ਮੂਲ ਅਧਿਕਾਰ ਬਾਰੇ ਜਾਣਕਾਰੀ ਸਾਨੂੰ ਕਿੱਥੋਂ ਮਿਲਦੀ ਆ ਜਾਂ ਕਿਹੜੇ ਦੇਸ਼ ਤੋਂ ਅਸੀਂ ਲਈ ਸੀਗੀ ਮੂਲ ਅਧਿਕਾਰ ਬਾਰੇ ਜਾਣਕਾਰੀ ਅਸੀਂ ਅਮਰੀਕਾ ਤੋਂ ਲਈ ਆ ਭਾਰਤ ਦੇ ਸੰਵਿਧਾਨ ਦੇ ਵਿੱਚ ਤੇ ਜੇਕਰ ਤੁਹਾਨੂੰ ਮੂਲ ਕਰਤੱਬਾ ਜੇ ਤਾਂ ਉਹ ਰੂਸ ਤੋਂ ਲਈ ਆ ਠੀਕ ਹੈ ਇਸ ਗੱਲ ਦਾ ਵੀ ਧਿਆਨ ਰੱਖਣਾ ਤੇ ਮੂਲ ਅਧਿਕਾਰ ਕਿੰਨੇ ਆ 12 ਤੋਂ ਲੈ ਕੇ 35 ਤੱਕ ਆ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਮੂਲ ਅਧਿਕਾਰ ਜਾਨੀ ਕਿ ਮੌਲਿਕ ਅਧਿਕਾਰ ਅਗਲਾ ਪ੍ਰਸ਼ਨ ਸੰਵਿਧਾਨ ਦੇ ਕਿਹੜੇ ਅਨੁਛੇਦ ਦੇ ਅੰਤਰਗਤ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕਾਰਖਾਨਿਆਂ ਦੇ ਵਿੱਚ ਕੰਮ ਕਰਵਾਉਣਾ ਇੱਕ ਜੁਰਮ ਹਾਂਜੀ ਆਰਟੀਕਲ 24 ਦੇ ਤਹਿਤ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕਾਰਖਾਨਿਆਂ ਦੇ ਵਿੱਚ ਕੰਮ ਕਰਵਾਉਣਾ ਇੱਕ ਜੁਰਮ ਆ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਆਰਟੀਕਲ 25 ਦੀ ਤਾਂ ਇਹ ਧਾਰਮਿਕ ਆਜ਼ਾਦੀ ਦੇ ਨਾਲ ਸੰਬੰਧਿਤ ਆਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਜਦੋਂ ਕਿਸੇ ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਹੁੰਦਾ ਹੈ ਤਾਂ ਉਸ ਸਮੇਂ ਬਜਟ ਕੌਣ ਪਾਸ ਕਰਦਾ ਹੈ ਹਾਂਜੀ ਜਦੋਂ ਕਿਸੇ ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਹੁੰਦਾ ਹੈ ਤਾਂ ਉਸ ਸਮੇਂ ਬਜਟ ajo ਸੰਸਦ ਪੇਸ਼ ਕਰਦੀ ਹੈ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਕੌਣ ਕੌਣ ਕਰਦੀ ਆ ਸੰਸਦ ਪਾਸ ਕਰਦੀ ਆ ਠੀਕ ਹੈ ਇਸ ਗੱਲ ਦਾ ਧਿਆਨ ਹੋਣਾ ਚਾਹੀਦਾ ਤੁਹਾਨੂੰ ਤੇ ਪੰਜਾਬ ਵਿੱਚ 8 ਵਾਰ ਰਾਸ਼ਟਰਪਤੀ ਸ਼ਾਸਨ ਲੱਗ ਚੁੱਕਿਆ ਹੈ ਤੇ ਸਭ ਤੋਂ ਵੱਧ ਕਿੱਥੇ ਲੱਗਿਆ ਹੈ ਉੱਤਰ ਪ੍ਰਦੇਸ਼ ਦੇ ਵਿੱਚ ਅਗਲਾ ਪ੍ਰਸ਼ਨ ਭਾਰਤ ਵਿੱਚ ਪਹਿਲੀ ਵਾਰ ਰਾਸ਼ਟਰਪਤੀ ਆਪਾਤਕਾਲ ਨੂੰ ਕਦੋਂ ਲਾਗੂ ਕੀਤਾ ਗਿਆ ਹਾਂਜੀ ਭਾਰਤ ਦੀ ਗੱਲ ਹੋ ਰਹੀ ਆ ਭਾਰਤ ਦੇ ਵਿੱਚ ਪਹਿਲੀ ਵਾਰ ਰਾਸ਼ਟਰਪਤੀ ਭਾਰਤ ਵਿੱਚ ਪਹਿਲੀ ਵਾਰ ਰਾਸ਼ਟਰਪਤੀ ਅਪਾਤਕਾਲ ਨੂੰ ਕਦੋਂ ਲਾਗੂ ਕੀਤਾ ਗਿਆ ਸੀ? ਹਾਂਜੀ ਭਾਰਤ ਵਿੱਚ ਪਹਿਲੀ ਵਾਰ ਰਾਸ਼ਟਰਪਤੀ ਅਪਾਤਕਾਲ ਨੂੰ ਲਾਗੂ ਕੀਤਾ ਗਿਆ ਸੀ 1962 ਦੇ ਵਿੱਚ। ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ। 26 ਅਕਤੂਬਰ 1962 ਨੂੰ ਲਾਗੂ ਕੀਤਾ ਗਿਆ ਸੀ। ਦੂਜੀ ਵਾਰ 3 ਦਸੰਬਰ 1971 ਨੂੰ ਲਾਗੂ ਕੀਤਾ ਗਿਆ ਤੇ ਤੀਜੀ ਵਾਰ 25 ਜੂਨ 1975 ਨੂੰ ਲਾਗੂ ਕੀਤਾ ਗਿਆ। ਠੀਕ ਹੈ? ਭਾਰਤ ਵਿੱਚ ਤਿੰਨ ਵਾਰ ਰਾਸ਼ਟਰੀ ਆਪਾਤਕਾਲ ਨੂੰ ਲਾਗੂ ਕੀਤਾ ਜਾ ਚੁੱਕਿਆ ਹੈ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਵਿੱਤੀ ਆਪਾਤਕਾਲ ਦੀ ਠੀਕ ਹੈ ਰਾਸ਼ਟਰੀ ਵਿੱਤੀ ਆਪਾਤਕਾਲ ਦੀ ਤਾਂ ਇਸ ਨੂੰ ਇਹ ਕਿੰਨੀ ਵਾਰ ਲੱਗਿਆ ਤੁਹਾਨੂੰ ਆ ਸਕਦਾ ਹੈ एमसीक्यू ਕਿ ਭਾਰਤ ਵਿੱਚ ਵਿੱਤੀ ਰਾਸ਼ਟਰੀ ਆਪਾਤਕਾਲ ਕਿੰਨੀ ਵਾਰ ਘੋਸ਼ਿਤ ਕੀਤਾ ਜਾ ਚੁੱਕਿਆ ਹੈ ਕਦੇ ਵੀ ਨਹੀਂ ਠੀਕ ਹੈ ਅਗਲਾ ਪ੍ਰਸ਼ਨ ਦੂਜੇ ਆਪਾਤਕਾਲ ਸਮੇਂ ਭਾਰਤ ਦੇ ਰਾਸ਼ਟਰਪਤੀ ਕੌਣ ਸਨ ਹਾਂਜੀ ਜਦੋਂ ਦੂਜਾ ਪਾਤਕਾਲ ਲੱਗਿਆ ਉਸ ਸਮੇਂ ਭਾਰਤ ਦੇ ਰਾਸ਼ਟਰਪਤੀ ਸਨ ਵੀ ਵੀ ਗਿਰੀ অপਸ਼ਨ ਨੰਬਰ ਸੀ ਇਜ਼ ザ ਰਾਈਟ ਆਂਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਕਿਹੜੇ ਅਨੁਸ਼ੇਦ ਦੇ ਤਹਿਤ ਕਾਰਜਪਾਲਿਕਾ ਦੀ ਸ਼ਕਤੀ ਨੂੰ ਦਰਸਾਇਆ ਗਿਆ ਹਾਂਜੀ ਕਾਰਜਪਾਲਿਕਾ ਦੀ ਸ਼ਕਤੀ ਨੂੰ ਕਿਹੜੇ ਅਨੁਸ਼ੇਦ ਦੇ ਤਹਿਤ ਦਰਸਾਇਆ ਗਿਆ ਆ ਆਰਟੀਕਲ 53 ਦੇ ਤਹਿਤ অপਸ਼ਨ ਨੰਬਰ ਏ ਇਜ਼ ザ ਰਾਈਟ ਆਂਸਰ ਕਾਰਜਪਾਲਿਕਾ ਦੀ ਹੁਣ ਅਸੀਂ ਗੱਲ ਕੀਤੀ ਹੈ ਕਿ ਕਾਰਜਪਾਲਿਕਾ ਦੀ ਸ਼ਕਤੀ ਨੂੰ ਅਨੁਛੇਦ 53 ਦੇ ਤਹਿਤ ਦਰਸਾਇਆ ਗਿਆ ਪਰ ਕਾਰਜਪਾਲਿਕਾ ਦੀ ਸ਼ਕਤੀ ਦਾ ਮੁਖੀ ਕੌਣ ਹੁੰਦਾ ਭਾਰਤ ਦਾ ਰਾਸ਼ਟਰਪਤੀ ਹੁੰਦਾ ਤੇ ਕਾਰਜਪਾਲਿਕਾ ਦੀ ਸ਼ਕਤੀ ਦਾ ਵਾਸਤਵਿਕ ਮੁਖੀ ਕੌਣ ਹੁੰਦਾ ਭਾਰਤ ਦਾ ਪ੍ਰਧਾਨ ਮੰਤਰੀ ਹੁੰਦਾ ਜਿਸ ਨੂੰ ਭਾਰਤ ਦਾ ਨਾਮਾਤਰ ਪ੍ਰਧਾਨ ਮੰਤਰੀ ਸੌਰੀ ਭਾਰਤ ਦਾ ਨਾਮਾਤਰ ਪ੍ਰਧਾਨ ਮੰਤਰੀ ਦੇਖੋ ਰਾਸ਼ਟਰਪਤੀ ਨੂੰ ਕਿਹਾ ਜਾਂਦਾ ਕੰਮ ਤਾਂ ਸਾਰੇ ਪ੍ਰਧਾਨ ਮੰਤਰੀ ਕਰਦਾ ਠੀਕ ਹੈ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਅਗਲਾ ਪ੍ਰਸ਼ਨ ਮੰਤਰੀ ਪਰਿਸ਼ਦ ਦੇ ਮੈਂਬਰਾਂ ਦੀ ਨਿਯੁਕਤੀ ਕਿਸ ਦੁਆਰਾ ਕੀਤੀ ਜਾਂਦੀ ਹੈ ਹਾਂਜੀ ਮੰਤਰੀ ਪਰਿਸ਼ਦ ਦੇ ਮੈਂਬਰਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਆ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਤੇ ਪ੍ਰਧਾਨ ਮੰਤਰੀ ਦੀ ਨਿਯੁਕਤੀ ਕੌਣ ਕਰਦਾ ਪ੍ਰਧਾਨ ਮੰਤਰੀ ਦੀ ਨਿਯੁਕਤੀ ਵੀ ਭਾਰਤ ਦਾ ਰਾਸ਼ਟਰਪਤੀ ਹੀ ਕਰਦਾ ਮੰਤਰੀ ਪਰਿਸ਼ਦ ਦੇ ਮੈਂਬਰਾਂ ਦੀ ਨਿਯੁਕਤੀ ਵੀ ਭਾਰਤ ਦਾ ਰਾਸ਼ਟਰਪਤੀ ਕਰਦਾ ਠੀਕ ਹੈ ਜੀ ਅਗਲਾ ਪ੍ਰਸ਼ਨ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸੌਂ ਕੌਣ ਚੁਕਾਉਂਦਾ ਹੈ ਹਾਂਜੀ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸੌਂ ਕੌਣ ਚੁਕਾਉਂਦਾ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਰਾਸ਼ਟਰਪਤੀ অপਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ ਤੇ ਹੁਣ ਅਸੀਂ ਗੱਲ ਕਰੀਏ ਮੰਤਰੀ ਪ੍ਰੀਸ਼ਦ ਦੇ ਮੈਂਬਰਾਂ ਦੀ ਨਿਯੁਕਤੀ ਦੀ ਗੱਲ ਕੀਤੀ ਸੀ ਤਾਂ ਮੰਤਰੀ ਪ੍ਰੀਸ਼ਦ ਦੇ ਮੈਂਬਰਾਂ ਦੀ ਨਿਯੁਕਤੀ ਭਾਰਤ ਦਾ ਰਾਸ਼ਟਰਪਤੀ ਕਿਸ ਦੀ ਸਲਾਹ ਨਾਲ ਕਰਦਾ ਇਹ ਵੀ ਤੁਹਾਨੂੰ ਆ ਸਕਦਾ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਅਦਰ ਮੈਂਬਰ ਆਫ ਮੰਤਰੀ ਪਰਿਸ਼ਦ ਦੇ ਨਾਲ ਸਲਾਹ ਕਰਨ ਤੋਂ ਬਾਅਦ ਹੀ ਮੰਤਰੀ ਪਰਿਸ਼ਦ ਦੇ ਮੈਂਬਰਾਂ ਦੀ ਨਿਯੁਕਤੀ ਕਰਦਾ ਠੀਕ ਹੈ ਜੀ ਅਗਲਾ ਪ੍ਰਸ਼ਨ ਵਿੱਤ ਵਿਲ ਨੂੰ ਕੌਣ ਪੇਸ਼ ਕਰ ਸਕਦਾ ਹੈ ਹਾਂਜੀ ਵਿੱਤ ਵਿਲ ਨੂੰ ਕੌਣ ਪੇਸ਼ ਕਰ ਸਕਦਾ ਹੈ ਲੋਕ ਸਭਾ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਤੇ ਲੋਕ ਸਭਾ ਦਾ ਕਾਰਜਕਾਲ ਕਿੰਨਾ ਹੁੰਦਾ 5 ਸਾਲ ਦਾ ਤੇ ਵਿੱਤ ਵਿਲ ਦਾ ਫੈਸਲਾ ਲੋਕ ਸਭਾ ਦਾ ਸਪੀਕਰ ਕਰਦਾ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਅਗਲਾ ਪ੍ਰਸ਼ਨ ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਹਾਂਜੀ ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ 6 ਸਾਲ ਦਾ ਹੁੰਦਾ ਹੈ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਲੋਕ ਸਭਾ ਦੇ ਮੈਂਬਰਾਂ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ ਲੋਕ ਸਭਾ ਦੇ ਮੈਂਬਰ ਬਣਨ ਲਈ ਘੱਟੋ ਘੱਟ ਉਮਰ 25 ਸਾਲ ਦੀ ਹੋਣੀ ਚਾਹੀਦੀ ਆ ਤੇ ਰਾਜ ਸਭਾ ਦੇ ਮੈਂਬਰ ਬਣਨ ਦੇ ਲਈ ਘੱਟੋ ਘੱਟ ਉਮਰ 30 ਸਾਲ ਦੀ ਹੋਣੀ ਚਾਹੀਦੀ ਆ ਅਗਲਾ ਪ੍ਰਸ਼ਨ ਆ ਜੀ ਭਾਰਤੀ ਸੰਘ ਵਿੱਚ ਨਵੇਂ ਰਾਜਾਂ ਦਾ ਗਠਨ ਕਰਨ ਦਾ ਅਧਿਕਾਰ ਕਿਸ ਕੋਲ ਹੈ हां जी भारतीय संघ ਵਿੱਚ ਨਵੇਂ ਰਾਜਾਂ ਦਾ ਗਠਨ ਕਰਨ ਦਾ ਅਧਿਕਾਰ ਆ ਸੰਸਦ ਕੋਲ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਵਰਤਮਾਨ ਸਮੇਂ ਭਾਰਤ ਦੇ ਕੋਲ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ ਹਨ हां जी ਐਟ ਪ੍ਰੈਜ਼ੈਂਟ ਭਾਰਤ ਦੇ 28 ਰਾਜ 8 ਕੇਂਦਰ ਸ਼ਾਸਿਤ ਪ੍ਰਦੇਸ਼ ਹਨ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਕਿਹੜੇ-ਕਿਹੜੇ ਆ ਲਦਾਖ ਜੰਮੂ ਕਸ਼ਮੀਰ ਦਿੱਲੀ ਲਕਸ਼ਦੀਪ ਦਾਦਰਾ ਤੇ ਨਗਰ ਹਵੇਲੀ ਤੇ ਦਮਨ ਤੇ ਦਿਉ ਪਾਂਡੋਚੇਰੀ ਚੰਡੀਗੜ੍ਹ ਜਾਂ ਪੁੱਡੂਚੇਰੀ ਕਿਹਾ ਜਾਂਦਾ ਠੀਕ ਹੈ ਪਾਂਡੋਚੇਰੀ ਤੇ ਦੀ ਕੈਪੀਟਲ ਆ ਪੁੱਡੂਚੇਰੀ ਚੰਡੀਗੜ੍ਹ ਅੰਡੇਮਾਨਾ ਤੇ ਨਿਕੋਬਰ ਦੀਪ ਸਮੂਹ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਸਭ ਤੋਂ ਵੱਡਾ ਕੇਂਦਰ ਸ਼ਾਸਿਤ ਪ੍ਰਦੇਸ਼ ਕਿਹੜਾ ਹੈ ਤਾਂ ਰਾਈਟ ਆਂਸਰ ਹੋਵੇਗਾ ਲद्दाख ਸਭ ਤੋਂ ਛੋਟਾ ਕੇਂਦਰ ਸ਼ਾਸਿਤ ਪ੍ਰਦੇਸ਼ ਕਿਹੜਾ ਹੈ ਤਾਂ ਰਾਈਟ ਆਂਸਰ ਹੋਵੇਗਾ ਲਕਸ਼ਦੀਪ ਅਗਲਾ ਪ੍ਰਸ਼ਨ ਭਾਰਤ ਦੀ ਕਾਰਜਪਾਲਿਕਾ ਤੇ ਨਿਆਂਪਾਲਿਕਾ ਦਾ ਚੇਅਰਮੈਨ ਕੌਣ ਹੁੰਦਾ ਹੈ ਹਾਂਜੀ ਭਾਰਤ ਦੀ ਕਾਰਜਪਾਲਿਕਾ ਅਤੇ ਨਿਆਂਪਾਲਿਕਾ ਦਾ ਨਿਆਂਪਾਲਿਕਾ ਦਾ ਚੇਅਰਮੈਨ ਹੁੰਦਾ ਹੈ ਰਾਸ਼ਟਰਪਤੀ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਤੇ ਪ੍ਰਧਾਨ ਮੰਤਰੀ ਹੈ ਜਿਹੜੇ ਇਹਨਾਂ ਨੂੰ ਵਾਸਤਵਿਕ ਮੁਖੀ ਕਿਹਾ ਜਾਂਦਾ ਹੈ ਠੀਕ ਹੈ ਰਾਸ਼ਟਰਪਤੀ ਨਾ માત્ર ਹੀ ਮੁਖੀ ਹੁੰਦਾ ਵਾ ਕੰਮ ਸਾਰੇ ਪ੍ਰਧਾਨ ਮੰਤਰੀ ਦੁਆਰਾ ਕੀਤੇ ਜਾਂਦੇ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਮੈਂ ਉੱਪਰ ਵੀ ਦੱਸਿਆ ਅਗਲਾ ਪ੍ਰਸ਼ਨ ਵਿੱਤ ਅਯੋਗ ਦੇ ਮੈਂਬਰਾਂ ਦੀ ਨਿਯੁਕਤੀ ਕੌਣ ਕਰਦਾ ਹੈ ਹਾਂਜੀ ਵਿੱਤ ਅਯੋਗ ਦੇ ਮੈਂਬਰਾਂ ਦੀ ਨਿਯੁਕਤੀ ਭਾਰਤ ਦਾ ਰਾਸ਼ਟਰਪਤੀ ਹੀ ਕਰਦਾ ਹੈ অপਸ਼ਨ ਨੰਬਰ ਬੀ ਇਜ਼ ਅ ਰਾਈਟ ਆਨਸਰ ਇਸ ਤੋਂ ਇਲਾਵਾ ਸੀ ਗੱਲ ਕੀਤੀ ਸੀ ਕਿ ਮੰਤਰੀ ਪ੍ਰੀਸ਼ਦ ਦੇ ਮੈਂਬਰਾਂ ਦੀ ਨਿਯੁਕਤੀ ਵੀ ਭਾਰਤ ਦਾ ਰਾਸ਼ਟਰਪਤੀ ਕਰਦਾ ਠੀਕ ਹੈ ਪਰ ਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸੌ ਵੀ ਭਾਰਤ ਦਾ ਰਾਸ਼ਟਰਪਤੀ ਹੀ ਚੁਕਾਉਂਦਾ ਵਾ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਅਗਲਾ ਪ੍ਰਸ਼ਨ ਹੈ ਜੀ ਭਾਰਤ ਦੇ ਪ੍ਰਧਾਨ ਮੰਤਰੀ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਹਾਂਜੀ ਭਾਰਤ ਦੇ ਪ੍ਰਧਾਨ ਮੰਤਰੀ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ অপਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਤੇ ਵਰਤਮਾਨ ਸਮੇਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ ਜੋ ਕਿ ਭਾਰਤ ਦੇ 15ਵੇਂ ਪ੍ਰਧਾਨ ਮੰਤਰੀ ਹੈ ਠੀਕ ਹੈ 15ਵੇਂ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਭਾਰਤ ਦੇ ਕਿਹੜੇ ਪ੍ਰਧਾਨ ਮੰਤਰੀ ਨਿਯੁਕਤੀ ਦੇ ਸਮੇਂ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਸਨ ਹਾਂਜੀ ਉਹ ਕਿਹੜੇ ਪ੍ਰਧਾਨ ਮੰਤਰੀ ਆ ਜਿਹੜੇ ਨਿਯੁਕਤੀ ਦੇ ਸਮੇਂ ਨਾ ਤਾਂ ਲੋਕ ਸਭਾ ਦੇ ਮੈਂਬਰ ਸੀ ਨਾ ਰਾਜ ਸਭਾ ਦੇ ਮੈਂਬਰ ਸੀ ਤੇ ਸਿੱਧੇ ਪ੍ਰਧਾਨ ਮੰਤਰੀ ਹੀ ਬਣੇ ਸੀਗੇ ਪੀ ਵੀ ਨਰਸੀਮਹਾ ਰਾਵ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਸੁਪਰੀਮ ਕੋਰਟ ਦੇ ਜੱਜਾਂ ਨੂੰ ਹਟਾਉਣ ਦੀ ਪ੍ਰਕਿਰਿਆ ਕਿਹੜੇ ਦੇਸ਼ ਤੋਂ ਲਈ ਗਈ ਆ ਹਾਂਜੀ ਸੁਪਰੀਮ ਕੋਰਟ ਦੇ ਜੱਜਾਂ ਨੂੰ ਹਟਾਉਣ ਦੀ ਪ੍ਰਕਿਰਿਆ ਜਰਮਨੀ ਤੋਂ ਲਈ ਗਈ ਆ ਨਹੀਂ ਸੌਰੀ ਅਮਰੀਕਾ ਤੋਂ ਲਈ ਗਈ ਆ ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ ਠੀਕ ਹੈ ਜਰਮਨੀ ਤੋਂ ਤਾਂ ਅਸੀਂ ਐਮਰਜੈਂਸੀ ਪਾਵਰ ਲਈ ਆ ਠੀਕ ਹੈ ਤੇ ਵਿੱਤੀ ਆਪਾਤਕਾਲ ਸਬੰਧੀ ਜਾਣਕਾਰੀ ਅਸੀਂ ਕਿਤੇ ਤੋਂ ਲਈ ਆ ਉਹ ਵੀ ਅਸੀਂ ਅਮਰੀਕਾ ਤੋਂ ਲਈ ਆ ਤੇ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਕੱਲੇ ਆਪਾਤਕਾਲ ਮੈਂ ਵਿੱਤੀ ਬੋਲ ਰਹੀ ਹਾਂ ਵਿੱਤੀ ਆਪਾਤਕਾਲ ਦੀ ਜਾਣਕਾਰੀ ਤੇ ਜੱਜਾਂ ਨੂੰ ਹਟਾਉਣ ਦੀ ਜਾਣਕਾਰੀ ਅਸੀਂ ਅਮਰੀਕਾ ਤੋਂ ਲਈ ਆ ਮੌਲਿਕ ਅਧਿਕਾਰ ਅਸੀਂ ਅਮਰੀਕਾ ਤੋਂ ਲਈ ਆ ਪਰ ਜਰਮਨੀ ਤੋਂ ਅਸੀਂ ਵਿੱਤੀ ਆਪਾਤਕਾਲ ਸੰਬੰਧੀ ਜਾਣਕਾਰੀ ਲਈ ਆ ਠੀਕ ਹੈ ਅਮਰੀਕਾ ਤੋਂ ਅਸੀਂ ਮੂਲ ਅਧਿਕਾਰ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਇਹ ਸਾਰੇ ਅਸੀਂ ਅਮਰੀਕਾ ਤੋਂ ਲਈ ਆ ਤੇ ਬ੍ਰਿਟੇਨ ਦੀ ਗੱਲ ਕਰੀਏ ਤਾਂ ਬ੍ਰਿਟੇਨ ਤੋਂ ਅਸੀਂ ਸੰਸਦ ਦੀ ਪ੍ਰਣਾਲੀ ਲਈ ਆ ਠੀਕ ਹੈ ਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਯੋਜਨਾ ਆਯੋਗ ਦਾ ਚੇਅਰਮੈਨ ਕੌਣ ਹੁੰਦਾ ਹੈ ਹਾਂਜੀ ਯੋਜਨਾ ਆਯੋਗ ਦੇ ਚੇਅਰਮੈਨ ਪ੍ਰਧਾਨ ਮੰਤਰੀ ਹੁੰਦੇ ਆ ਮਤਲਬ ਆਪਸ਼ਨ ਨੰਬਰ ਏ ਇਸ ਦਾ ਰਾਈਟ ਆਨਸਰ ਹੈ ਜੋ ਵੀ ਮਤਲਬ ਕਿ ਭਾਰਤ ਦਾ ਪ੍ਰਧਾਨ ਮੰਤਰੀ ਹੁੰਦਾ ਉਹੀ ਯੋਜਨਾ ਆਯੋਗ ਦਾ ਚੇਅਰਮੈਨ ਹੁੰਦਾ ਯੋਜਨਾ ਆਯੋਗ ਨੂੰ ਉਹਨਾਂ ਵੇਸੇ ਚੇਂਜ ਕਰ ਦਿੱਤਾ ਗਿਆ ਵਾ ਇਸ ਦਾ ਨਵਾਂ ਨਾਮ ਰੱਖ ਦਿੱਤਾ ਗਿਆ ਨੀਤੀ ਆਯੋਗ ਇਸ ਦੀ ਸਥਾਪਨਾ 1 ਜਨਵਰੀ 2015 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੀਤੀ ਠੀਕ ਹੈ ਤੇ ਯੋਜਨਾ ਆਯੋਗ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਇਸ ਦੀ ਸਥਾਪਨਾ 15 ਮਾਰਚ 1950 ਨੂੰ ਹੋਈ ਸੀ ਇਸ ਦੇ ਸੰਸਥਾਪਕ ਸਨ ਪੰਡਿਤ ਜਵਾਹਰ ਲਾਲ ਨਹਿਰੂ ਠੀਕ ਹੈ ਤੇ ਇਸ ਦਾ ਹੈੱਡਕੁਆਰਟਰ ਕਿੱਥੇ ਹੈ ਨਵੀਂ ਦਿੱਲੀ ਦੇ ਵਿੱਚ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਧਨ ਬਿੱਲ ਬਾਰੇ ਜਾਣਕਾਰੀ ਮਿਲਦੀ ਆ ਹਾਂਜੀ ਧਨ ਬਿੱਲ ਬਾਰੇ ਜਾਣਕਾਰੀ ਸੰਵਿਧਾਨ ਦੇ ਆਰਟੀਕਲ 110 ਦੇ ਵਿੱਚ ਮਿਲਦੀ ਆ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਪੰਜਾਬ ਵਿੱਚ ਗਵਰਨਰ ਨੂੰ ਸੌਂ ਕੌਣ ਚੁਕਾਉਂਦਾ ਹੈ? ਹਾਂਜੀ ਪੰਜਾਬ ਦੇ ਵਿੱਚ ਗਵਰਨਰ ਨੂੰ ਸੌਂ ਕੌਣ ਚੁਕਾਉਂਦਾ ਹੈ? ਹਾਈ ਕੋਰਟ ਦਾ ਮੁੱਖ ਜੱਜ। ਹਾਈ ਕੋਰਟ ਦਾ ਮੁੱਖ ਜੱਜ ਪੰਜਾਬ ਦੇ ਗਵਰਨਰ ਨੂੰ ਸੌਂ ਚੁਕਾਉਂਦਾ ਹੈ। ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ। ਕਿਸੇ ਵੀ ਰਾਜ ਦੇ ਗਵਰਨਰ ਨੂੰ ਸੌਂ ਹਾਈ ਕੋਰਟ ਦਾ ਮੁੱਖ ਜੱਜ ਹੀ ਚੁਕਾਉਂਦਾ ਹੈ। ਠੀਕ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤੇ ਪੰਜਾਬ ਤੇ ਹਰਿਆਣਾ ਦੀ ਸਾਂਝੀ ਹਾਈ ਕੋਰਟ ਆ ਚੰਡੀਗੜ੍ਹ ਦੇ ਵਿੱਚ। ਠੀਕ ਹੈ ਤੇ ਉਸ ਦੇ ਐਟ ਪ੍ਰੈਜ਼ੈਂਟ ਜੱਜ ਕੌਣ ਆ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਸੰਘ ਸ਼ਬਦ ਭਾਰਤ ਦੇ ਸੰਵਿਧਾਨ ਵਿੱਚ ਕਿਹੜੇ ਦੇਸ਼ ਤੋਂ ਲਿਆ ਗਿਆ ਹੈ ਹਾਂਜੀ ਸੰਘ ਸ਼ਬਦ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਇਹ ਭਾਰਤ ਦੇ ਸੰਵਿਧਾਨ ਦੇ ਵਿੱਚ ਕੈਨੇਡਾ ਤੋਂ ਲਿਆ ਗਿਆ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਆ ਜੀ ਕੇਂਦਰਾਂ ਅਤੇ ਰਾਜਾਂ ਦੇ ਵਿੱਚ ਘਾਰ ਕਿੰਨੀਆਂ ਅਨੁਸੂਚੀਆਂ ਨੂੰ ਵੰਡਿਆ ਗਿਆ ਹੈ ਹਾਂਜੀ ਕੇਂਦਰਾਂ ਅਤੇ ਰਾਜਾਂ ਦੇ ਵਿਚਕਾਰ ਜਿਹੜੀਆਂ ਅਨੁਸੂਚੀਆਂ ਵਾਂ ਜਾਂ ਸੂਚੀਆਂ ਵਾਂ ਕਿੰਨੀਆਂ ਕਿੰਨੀਆਂ ਵਿੱਚ ਵੰਡਿਆ ਗਿਆ ਹੈ ਤਿੰਨ ਦੇ ਵਿੱਚ ਪਹਿਲੀ ਜੇਕਰ ਅਸੀਂ ਗੱਲ ਕਰੀਏ ਪਹਿਲੀ ਹੈ ਸੰਘ ਸੂਚੀ ਠੀਕ ਹੈ ਇਸ ਦੇ ਵਿੱਚ ਕੇਵਲ ਕੇਂਦਰ ਸਰਕਾਰ ਹੀ ਸੂਚੀ ਬਣਾਉਂਦੀ ਆ ਦੂਸਰੀ ਆ ਰਾਜ ਸੂਚੀ ਇਸ ਦੇ ਵਿੱਚ ਕੇਵਲ ਰਾਜ ਸਰਕਾਰ ਹੀ ਸੂਚੀ ਬਣਾਉਂਦੀ ਆ ਤੀਸਰੀ ਆ ਸੰਵਰਤੀ ਸੂਚੀ ਇਸ ਦੇ ਵਿੱਚ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਮਿਲ ਕੇ ਕਾਨੂੰਨ ਬਣਾਉਂਦੀਆਂ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਇੰਟੀਗ੍ਰੇਟਿਡ ਸਰਕਟ ਦੀ ਸ਼ੁਰੂਆਤ ਕਦੋਂ ਹੋਈ ਸੀ ਹਾਂਜੀ ਇੰਟੀਗ੍ਰੇਟਿਡ ਸਰਕਟ ਦੀ ਜਿਹੜੀ ਸ਼ੁਰੂਆਤ ਆ ਉਹ ਕਦੋਂ ਹੋਈ ਸੀ 1958 ਦੇ ਵਿੱਚ ਹੋਈ ਸੀ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਤੇ ਇਸ ਦੇ ਫਾਊਂਡਰ ਕੌਣ ਸਨ ਹਾਂਜੀ ਇਸ ਦੇ ਫਾਊਂਡਰ ਕੌਣ ਸਨ ਜੇ ਐਸ ਕਿਲਬੀ ਅਗਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜਾ ਭਾਗ CPU ਦਾ ਹੈ ਹਾਂਜੀ ਇਹਨਾਂ ਦੇ ਵਿੱਚੋਂ CPU ਦਾ ਭਾਗ ਕਿਹੜਾ ਹੈ ALU CU MU ਇਹ ਸਾਰੇ CPU ਦੇ ਹੀ ਪਾਰਟਸ ਆ ਆਪਸ਼ਨ ਨੰਬਰ D ਇਸ ਦਾ ਰਾਈਟ ਆਨਸਰ ਹੈ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ MU ਤੋਂ ਕੀ ਭਾਵ ਹੈ ਜਾਂ MU ਕਿਸ ਤੋਂ ਬਣਿਆ ਹੈ MU ਦਾ ਭਾਵ ਆ ਮੈਮਰੀ ਯੂਨਿਟ ਤੇ ਕਿਸ ਤੋਂ ਬਣਿਆ ਹੈ ਰਜਿਸਟਰ ਅਤੇ ਫਲਿੱਪ ਫਲॉप ਤੋਂ ਬਣਿਆ ਹੈ ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ ਉਪਰੋਕਤ ਦੋਵੇਂ ਹੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਖੇਡਾਂ ਦਾ ਸਮਾਨ ਬਣਦਾ ਹੈ ਹਾਂਜੀ ਪੰਜਾਬ ਦੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਸਪੋਰਟਸ ਸਿਟੀ ਆਫ ਪੰਜਾਬ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਇਹ ਕਿਹਾ ਜਾਂਦਾ ਹੈ ਜੀ ਕਿਸ ਨੂੰ ਕਿਹਾ ਜਾਂਦਾ ਹੈ ਜਲੰਧਰ ਨੂੰ ਕਿਹਾ ਜਾਂਦਾ ਹੈ ਤਾਂ ਕਿਹੜੇ ਫਿਰ ਜ਼ਿਲ੍ਹੇ ਦੇ ਵਿੱਚ ਖੇਡਾਂ ਦਾ ਸਮਾਨ ਬਣਦਾ ਹੈ ਜਲੰਧਰ ਦੇ ਵਿੱਚ ਬਣਦਾ ਹੈ ਠੀਕ ਹੈ ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ ਅਸੀਂ ਗੱਲ ਕਰੀਏ ਲੁਧਿਆਣਾ ਦੀ ਲੁਧਿਆਣਾ ਨੂੰ ਪੰਜਾਬ ਦਾ ਮਾਂਚੈਸਟਰ ਕਿਹਾ ਜਾਂਦਾ ਉਦਯੋਗਿਕ ਸਿਟੀ ਕਿਹਾ ਜਾਂਦਾ ਆਰਥਿਕ ਰਾਜਧਾਨੀ ਕਿਹਾ ਜਾਂਦਾ ਠੀਕ ਹੈ ਇਹਨਾਂ ਗੱਲਾਂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਅਬੋਹਰ ਅਬੋਹਰ ਨੂੰ ਪੰਜਾਬ ਦਾ ਕੈਲੀਫੋਰਨੀਆ ਕਿਹਾ ਜਾਂਦਾ ਤੇ ਬਠਿੰਡਾ ਨੂੰ ਬਠਿੰਡਾ ਦਾ ਪੁਰਾਣਾ ਨਾਮ ਆ ਵਿਕਰਮਗੜ੍ਹ ਠੀਕ ਹੈ ਇਸਨਾਂ ਗੱਲਾਂ ਦਾ ਧਿਆਨ ਰੱਖਣਾ ਪਹਿਲਾ ਪ੍ਰਸ਼ਨ ਅਸੀਂ ਕਰਦੇ ਹਾਂ ਪੰਜਾਬ ਵਿੱਚ ਸਭ ਤੋਂ ਪਹਿਲੀ ਰੇਲਵੇ ਲਾਈਨ ਕਿਹੜੀ ਬਣੀ ਸੀ ਪੰਜਾਬ ਦੇ ਵਿੱਚ ਸਭ ਤੋਂ ਪਹਿਲੀ ਰੇਲਵੇ ਲਾਈਨ ਆ ਜਿਹੜੀ ਉਹ ਬਣੀ ਸੀਗੀ ਮੁਲਤਾਨ ਤੋਂ ਲਾਹੌਰ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਠੀਕ ਹੈ ਤੇ ਇਸ ਦੀ ਸਥਾਪਨਾ ਕਦੋਂ ਹੋਈ ਸੀ 8 ਫਰਵਰੀ 1859 ਦੇ ਵਿੱਚ ਅਗਲਾ ਪ੍ਰਸ਼ਨ ਚਿੱਟੇ ਸੋਨੇ ਦਾ ਖੇਤਰ ਅਖਵਾਉਂਦਾ ਹੈ ਹਾਂਜੀ ਚਿੱਟੇ ਸੋਨੇ ਦਾ ਖੇਤਰ ਕਿਸ ਨੂੰ ਕਿਹਾ ਜਾਂਦਾ ਹੈ ਮਾਲਬਾਣੂ অপশন নাম্বার ডি ইজ ザ রাইট आंसर ਤੇ پنجاب ਦੀ ਰੂਪ ਪੱਟੀ ਕਿਸ ਨੂੰ ਕਿਹਾ ਜਾਂਦਾ ਹੈ ਮਾਨਸਾ ਨੂੰ ਤੇ ਚਿੱਟੇ ਸੋਨੇ ਦੀ ਭੂਮੀ ਕਿਸ ਨੂੰ ਕਿਹਾ ਜਾਂਦਾ ਹੈ ਮਾਨਸਾ ਨੂੰ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਅਗਲਾ ਪ੍ਰਸ਼ਨ پنجاب ਵਿੱਚ ਸਿੰਚਾਈ ਵਿਭਾਗ ਦੀ ਸਥਾਪਨਾ ਕਿਹੜੇ ਸਾਲ ਹੋਈ ਸੀ ਹਾਂਜੀ پنجاب ਦੇ ਵਿੱਚ ਸਿੰਚਾਈ ਵਿਭਾਗ ਦੀ ਜਿਹੜੀ ਸਥਾਪਨਾ ਵਾ ਇਹ 1849 ਦੇ ਵਿੱਚ ਹੋਈ ਸੀ অপਸ਼ਨ ਨੰਬਰ ਏ ਇਜ਼ ザ রাইਟ ਆਨਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਪੰਜਾਬ ਵਿੱਚ ਹਰੀ ਕ੍ਰਾਂਤੀ ਦਾ ਪਿਤਾ ਕੌਣ ਹੈ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਦਾ ਪਿਤਾ ਕਿਸ ਨੂੰ ਮੰਨਿਆ ਜਾਂਦਾ ਹੈ ਡਾਕਟਰ ਐਮ ਐਸ ਰੰਦਾਵਾ ਨੂੰ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਡਾਕਟਰ ਐਮ ਐਸ ਰੰਦਾਵਾ ਨੂੰ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਦਾ ਪਿਤਾ ਮੰਨਿਆ ਜਾਂਦਾ ਹੈ ਤੇ ਹਰੀ ਕ੍ਰਾਂਤੀ ਦੇ ਵੈਸੇ ਪਿਤਾਮਾ ਅਸੀਂ ਤਾਂ ਹੁਣ ਪੰਜਾਬ ਦੀ ਗੱਲ ਕੀਤੀ ਸੀ ਨਾ ਤੇ ਇਹ ਸਭ ਤੋਂ ਪਹਿਲਾਂ ਹਰੀ ਕ੍ਰਾਂਤੀ ਸ਼ੁਰੂ ਕੀਤੀ ਸੀਗੀ ਨਾਰਮਨ ਬੋਰਲੌਗ ਨੇ ਅਮਰੀਕਾ ਦੇ ਵਿੱਚ ਤੇ ਹਰੀ ਕ੍ਰਾਂਤੀ ਦੇ ਪਿਤਾ ਪਿਤਾਮਾ ਇਹਨਾਂ ਨੂੰ ਮੰਨਿਆ ਜਾਂਦਾ ਏ ਠੀਕ ਹੈ ਹਰੀ ਕ੍ਰਾਂਤੀ ਦੇ ਪਿਤਾਮਾ ਪੂਰੀ ਦੁਨੀਆ ਦੇ ਵਿੱਚ ਨਾਰਮਨ ਬੋਰਲੌਗ ਨੂੰ ਮੰਨਿਆ ਜਾਂਦਾ ਇਹਨਾਂ ਦਾ ਇਸ ਗੱਲ ਦਾ ਧਿਆਨ ਰੱਖਣਾ ਨਾਰਮਨ ਨਾਰਮਨ ਬੋਰਲੌਗ ਇਹਨਾਂ ਨੂੰ 1970 ਦੇ ਵਿੱਚ ਨੋਬਲ ਪੁਰਸਕਾਰ ਮਿਲਿਆ ਠੀਕ ਹੈ ਤੇ ਭਾਰਤ ਦੇ ਵਿੱਚ ਹਰੀ ਕ੍ਰਾਂਤੀ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਐਮ ਐਸ ਸੁਆਮੀਨਾਥਨ ਨੂੰ ਠੀਕ ਹੈ ਹਰੀ ਕ੍ਰਾਂਤੀ ਆਈ ਕਦੋਂ ਸੀ 1969 ਤੋਂ 1966 ਦੇ ਵਿੱਚ ਤੇ ਹਰੀ ਕ੍ਰਾਂਤੀ ਕਿਹੜੀਆਂ ਫਸਲਾਂ ਲਈ ਪ੍ਰਮੁੱਖ ਮੰਨੀ ਗਈ ਸੀ ਕਣਕ ਅਤੇ ਝੋਨੇ ਦੇ ਲਈ ਇਸ ਤੋਂ ਇਲਾਵਾ ਤੁਸੀਂ ਸੁਣਿਆ ਹੋਣਾ ਚਿੱਟੀ ਕ੍ਰਾਂਤੀ ਇਹ ਕਿਸ ਦੇ ਲਈ ਆਈ ਸੀ ਇਹ ਦੁੱਧ ਨਾਲ ਰਿਲੇਟਡ ਸੀ ਠੀਕ ਹੈ ਨੀਲੀ ਕ੍ਰਾਂਤੀ ਕਿਸ ਦੇ ਨਾਲ ਰਿਲੇਟਡ ਸੀ ਮੱਛੀਆਂ ਦੇ ਨਾਲ ਰਿਲੇਟਡ ਸੀ ਅਗਲਾ ਪ੍ਰਸ਼ਨ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਖੇਤੀ ਭਵਨ ਹੈ ਹਾਂਜੀ ਪੰਜਾਬ ਦਾ ਕਿਹੜਾ ਸ਼ਹਿਰ ਹੈ ਜਿੱਥੇ ਖੇਤੀ ਭਵਨ ਮੋਹਾਲੀ অপশন নাম্বার বি ইজ দা রাইট आंसर মোহালি ਦੇ ਵਿੱਚ ਖੇਤੀ ਭਵਨਾ ਠੀਕ ਹੈ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਆ মোহালি ਦੀ ਤਾਂ মোহালি ਨੂੰ ਪੰਜਾਬ ਦੀ ਇਲੈਕਟ੍ਰੋਨਿਕ ਸਿਟੀ ਕਿਹਾ ਜਾਂਦਾ ਹੈ ਤੇ ਸਭ ਤੋਂ ਵੱਧ ਕੰਪਿਊਟਰ ਕਿੱਥੇ ਬੰਦੇ ਆ মোহালি ਦੇ ਵਿੱਚ ਬੰਦੇ ਆ ਅਗਲਾ ਪ੍ਰਸ਼ਨ ਜਿਨਾਂ ਨੇ ਪੰਜਾਬ ਦਾ ਗਠਨ ਕਿਹੜੇ ਸਾਲ ਹੋਇਆ ਪਲੀਜ਼ ਜਿੰਨਾ ਹੋ ਸਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਕਿਉਂਕਿ ਹੁਣ ਤੱਕ ਤਾਂ ਤੁਸੀਂ ਵੀ ਮਿਹਨਤ ਨੂੰ ਸਮਝ ਹੀ ਗਏ ਹੋਵੋਗੇ ਤੇ ਆਵਾਜ਼ ਤੋਂ ਵੀ ਤੁਹਾਨੂੰ ਪਤਾ ਲੱਗ ਗਿਆ ਹੋਣਾ ਬਿਲਕੁਲ ਚੇਂਜ ਹੋ ਚੁੱਕੀ ਆ। ਹਾਂਜੀ ਨਵੇਂ ਪੰਜਾਬ ਦਾ ਗਠਨ ਕਿਹੜੇ ਸਾਲ ਹੋਇਆ ਏ? ਨਵੇਂ ਪੰਜਾਬ ਦਾ ਗਠਨ 1966 ਦੇ ਵਿੱਚ ਹੋਇਆ ਸੀ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਤੇ ਭਾਸ਼ਾ ਦੇ ਆਧਾਰ ਤੇ ਕੀਤਾ ਗਿਆ ਸੀ। 1 ਨਵੰਬਰ ਨੂੰ ਪੰਜਾਬ ਦੇ ਵਿੱਚ ਪੰਜਾਬ ਦਿਵਸ ਮਨਾਇਆ ਜਾਂਦਾ ਵਾ ਜਾਂ ਪੰਜਾਬ ਦਾ ਸਥਾਪਨਾ ਦਿਵਸ ਮਨਾਇਆ ਜਾਂਦਾ ਠੀਕ ਹੈ। 1 ਨਵੰਬਰ 1966 ਨੂੰ ਨਵੇਂ ਪੰਜਾਬ ਦਾ ਗਠਨ ਹੋਇਆ ਸੀ ਭਾਸ਼ਾ ਦੇ ਆਧਾਰ ਤੇ ਤੇ 18ਵੀਂ ਮੈਨੇਜਮੈਂਟ ਦੇ ਤਹਿਤ ਹੋਇਆ ਸੀ ਪੰਜਾਬ ਦਾ ਗਠਨ ਠੀਕ ਹੈ ਇਸ ਤੋਂ ਇਲਾਵਾ ਅੱਗੇ ਕਰਦੇ ਹਾਂ ਸੀ ਅਗਲਾ ਪ੍ਰਸ਼ਨ ਜੇ ਪੰਜਾਬ ਦੇ ਕੋਲ ਕਿੰਨੇ ਪੰਗੋਲਿਕ ਖੇਤਰ ਹਨ ਹਾਂਜੀ ਪੰਜਾਬ ਦੇ ਕੋਲ ਕਿੰਨੇ ਪੰਗੋਲਿਕ ਖੇਤਰ ਹਨ ਤਿੰਨ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਕਿਹੜੇ ਕਿਹੜੇ ਮਾਝਾ ਦੁਆਬਾ ਮਾਲਵਾ ਠੀਕ ਹੈ ਕਿਹੜੇ ਕਿਹੜੇ ਪੰਗੋਲਿਕ ਖੇਤਰ ਹਨ ਪੰਜਾਬ ਦੇ ਤਿੰਨ ਪੰਗੋਲਿਕ ਖੇਤਰ ਹਨ ਮਾਝਾ ਦੁਆਬਾ ਮਾਲਵਾ ਇਹ ਮੈਂ ਤੁਹਾਨੂੰ ਬਹੁਤ ਡਿਟੇਲ ਦੇ ਵਿੱਚ ਦੱਸੀ ਹੋਏ ਸੀਗੇ ਤੇ ਹੁਣ ਵੀ ਤੁਹਾਨੂੰ ਦੱਸਣ ਲੱਗੀ ਆ ਮੈਂ ਨੋਟ ਕਰ ਲੈਣਾ ਠੀਕ ਹੈ ਕਿਹੜੇ ਕਿਹੜੇ ਮੈਂ ਜ਼ਿਲ੍ਹੇ ਬੋਲ ਰਹੀ ਆ ਤੇ ਕਿਵੇਂ ਤੁਹਾਨੂੰ ਕੀ ਦੱਸ ਰਹੀ ਆ ਠੀਕ ਹੈ ਇਹ ਸਭ ਤੁਸੀਂ ਨੋਟ ਕਰ ਲੈਣਾ ਕਿਉਂਕਿ ਇਹ ਬਹੁਤ ਬਹੁਤ ਜ਼ਿਆਦਾ ਇੰਪੋਰਟੈਂਟ ਆ ਤੁਹਾਡੇ ਲਈ ਮਾਝਾ ਮਾਲਵਾ ਤੇ ਦੁਆਬਾ ਪੰਜਾਬ ਦੇ ਪੂਗੋਲਿਕ ਖੇਤਰ ਆ ਮਾਝਾ ਦੀ ਜੇਕਰ ਅਸੀਂ ਗੱਲ ਕਰੀਏ ਇਹ ਰਾਵੀ ਅਤੇ ਬਿਆਸ ਦੇ ਰਿਆ ਦੇ ਵਿੱਚ ਘਾਰਲਾ ਖੇਤਰ ਆ ਤੇ ਚਾਰ ਜ਼ਿਲ੍ਹੇ ਆਉਂਦੇ ਆ ਇਸ ਦੇ ਵਿੱਚ ਕਿਹੜੇ ਕਿਹੜੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਦੁਆਬਾ ਖੇਤਰ ਦੀ ਜੇ ਅਸੀਂ ਗੱਲ ਕਰੀਏ ਤਾਂ ਇਹ ਬਿਆਸ ਅਤੇ ਸਤਲੁਜ ਦੇ ਵਿਚਕਾਰ ਆ ਇਸ ਦੇ ਵਿੱਚ ਵੀ 4 ਜ਼ਿਲ੍ਹੇ ਆਉਂਦੇ ਆ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਮਾ ਸ਼ਹਿਰ ਇਸ ਤੋਂ ਇਲਾਵਾ ਬਾਕੀ ਦੇ ਸਾਰੇ ਜ਼ਿਲ੍ਹੇ ਮਾਲਵਾ ਖੇਤਰ ਦੇ ਵਿੱਚ ਆਉਂਦੇ ਆ ਠੀਕ ਹੈ ਮਾਲਵਾ ਖੇਤਰ ਦੇ ਵਿੱਚ ਪੰਜਾਬ ਦਾ ਦੱਖਣੀ ਹਿੱਸਾ ਆ ਜਾਂਦਾ ਜਿਹੜਾ ਕਿ ਸਤਲੁਜ ਦਰਿਆ ਦੇ ਹੇਠਾਂ ਵਾਲਾ ਠੀਕ ਹੈ ਤੇ ਇਸ ਦੇ ਵਿੱਚ ਬਾਕੀ ਦੇ ਸਾਰੇ ਜ਼ਿਲ੍ਹੇ ਆਉਂਦੇ ਆ ਨਮਾ ਬਣਿਆ ਜ਼ਿਲ੍ਹਾ ਵੀ ਇਸੇ ਦੇ ਵਿੱਚ ਹੀ ਆਉਂਦਾ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਦੁਨੀਆ ਦਾ ਸਭ ਤੋਂ ਉੱਚਾ ਗ੍ਰੈਵਿਟੀ ਡੈਮ ਕਿਹੜਾ ਹੈ ਹਾਂਜੀ ਦੁਨੀਆ ਦਾ ਸਭ ਤੋਂ ਉੱਚਾ ਗ੍ਰੈਵਿਟੀ ਡੈਮ ਕਿਹੜਾ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਬੀ ਪਾਖੜਾ ਪਾਖੜਾ ਡੈਮ ਦੁਨੀਆ ਦਾ ਸਭ ਤੋਂ ਉੱਚਾ ਗ੍ਰੈਵਿਟੀ ਡੈਮ ਆ ਇਹ ਸਤਲੁਜ ਦਰਿਆ ਦੇ ਕੰਢੇ ਬਣਿਆ ਹੋਇਆ ਠੀਕ ਹੈ ਕਿੱਥੇ ਬਣਿਆ ਹੋਇਆ ਸਤਲੁਜ ਦਰਿਆ ਦੇ ਕੰਢੇ ਬਣਿਆ ਹੋਇਆ ਤੇ ਇਸੇ ਨੂੰ ਹੀ ਪੰਜਾਬ ਦੀ ਰੀੜ ਦੀ ਹੱਡੀ ਦੇ ਆਪਾਂ ਗੱਲ ਕਰੀਏ ਸਤਲੁਜ ਗੱਲ ਮੈਂ ਸਤਲੁਜ ਦੀ ਗੱਲ ਕਰ ਰਹੀ ਹਾਂ ਨਾ ਸਤਲੁਜ ਦੇ ਕੰਡੇ ਬਣਿਆ ਹੋਇਆ ਏ ਤੇ ਇਸ ਨੂੰ ਬਣਾਇਆ ਕਦੋਂ ਗਿਆ ਸੀ ਪਹਿਲਾਂ ਤਾਂ ਤੁਹਾਡੇ ਲਈ ਇੰਪੋਰਟੈਂਟ ਆ ਇਸ ਨੂੰ ਬਣਾਇਆ ਗਿਆ ਸੀ 1948 ਦੇ ਵਿੱਚ ਠੀਕ ਹੈ ਤੇ ਪੰਜਾਬ ਦੀ ਰੀਡ ਦੀ ਹੱਡੀ ਕਿਹੜੇ ਦਰਿਆ ਨੂੰ ਕਿਹਾ ਜਾਂਦਾ ਸਤਲੁਜ ਦਰਿਆ ਨੂੰ ਕਿਹਾ ਜਾਂਦਾ ਤੇ ਪੰਜਾਬ ਦਾ ਸਭ ਤੋਂ ਵੱਡਾ ਦਰਿਆ ਕਿਹੜਾ ਸਤਲੁਜ ਦਰਿਆ ਪੰਜਾਬ ਦਾ ਸਭ ਤੋਂ ਛੋਟਾ ਦਰਿਆ ਕਿਹੜਾ ਰਾਵੀ ਦਰਿਆ ਇਹ ਵੀ ਤੁਹਾਨੂੰ ਪਤਾ ਹੋਣਾ ਯੂਨਾਨੀਆਂ ਨੇ ਪੰਜਾਬ ਨੂੰ ਕੀ ਨਾਮ ਦਿੱਤਾ ਹਾਂਜੀ ਯੂਨਾਨੀਆਂ ਨੇ ਪੰਜਾਬ ਨੂੰ ਨਾਮ ਦਿੱਤਾ ਸੀਗਾ ਪੈਂਟਾਪੋਟਾਮੀਆ ਦਾ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਠੀਕ ਹੈ ਪੈਂਟਾਪੋਟਾਮੀਆ ਨਾਮ ਦਿੱਤਾ ਸੀ ਯੂਨਾਨੀਆਂ ਨੇ ਪੰਜਾਬ ਨੂੰ ਤੇ ਕਦੋਂ ਦਿੱਤਾ ਸੀਗਾ ਜੇਕਰ ਅਸੀਂ ਗੱਲ ਕਰੀਏ ਚਲੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਯੂਨਾਨੀਆਂ ਨੇ ਪੰਜਾਬ ਨੂੰ ਪੈਂਟਾਪੋਟਾਮੀਆ ਦਾ ਨਾਮ ਦਿੱਤਾ ਤੇ ਮਹਾਭਾਰਤ ਵਿੱਚ ਪੰਜਾਬ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਪੰਚਨੰਦ ਦੇ ਨਾਮ ਨਾਲ ਜਾਣਿਆ ਜਾਂਦਾ ਠੀਕ ਹੈ ਇਹ ਪਰਾਚੀਨ ਪੰਜਾਬ ਦਾ ਨਾਮ ਕੀ ਸੀ ਸੰਪਤ ਸਿੱਧੂ ਕੀ ਸੀਗਾ ਸੰਪਤ ਸਿੱਧੂ ਕਿਉਂਕਿ ਸੱਤ ਦਰਿਆਵਾਂ ਦੀ ਨਦੀ ਸੱਤ ਦਰਿਆਵਾਂ ਦੀ ਧਰਤੀ ਸੀ ਮਹਾਰਾਜਾ ਰਣਜੀਤ ਸਿੰਘ ਸਮੇਂ ਪੰਜਾਬ ਦਾ ਕੀ ਨਾਮ ਸੀ ਲਾਹੌਰ ਸੂਬਾ ਇਹਨਾਂ ਸਭ ਸਭ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹਨੇ ਕੀ ਨਾਮ ਦਿੱਤਾ ਪੰਜਾਬ ਨੂੰ ਅਗਲਾ ਪ੍ਰਸ਼ਨ ਪਾਣੀਪਤ ਦਾ ਪਹਿਲਾ ਯੁੱਧ ਕਦੋਂ ਹੋਇਆ ਸੀ ਵੇਰੀ ਵੈਰੀ ਇੰਪੋਰਟੈਂਟ ਹਾਂਜੀ ਪਾਣੀਪਤ ਦਾ ਪਹਿਲਾ ਯੁੱਧ 1526 ਈਸਵੀ ਨੂੰ ਇਬਰਾਹਿਮ ਲੋਧੀ ਅਤੇ ਬਾਬਰ ਦੇ ਵਿਚਕਾਰ ਹੋਇਆ ਸੀ ਇਸ ਵਿੱਚ ਇਬਰਾਹਿਮ ਲੋਧੀ ਮਾਰਿਆ ਗਿਆ ਸੀ ਆਪਸ਼ਨ ਨੰਬਰ ਏ ਇਜ਼ ザ ਰਾਈਟ ਆਂਸਰ ਅਗਲਾ ਪ੍ਰਸ਼ਨ ਪੰਜਾਬ ਨੂੰ ਕੁੱਲ ਕਿੰਨੇ ਮੰਡਲਾਂ ਦੇ ਵਿੱਚ ਵੰਡਿਆ ਹੋਇਆ ਸੀ ਹਾਂਜੀ ਪੰਜਾਬ ਦੀਆਂ ਕਿੰਨੀਆਂ ਡਿਵੀਜ਼ਨਾਂ ਆ ਮੈਟ ਪ੍ਰੈਜ਼ੈਂਟ ਪਹਿਲਾਂ ਆਪਾਂ ਗੱਲ ਕਰੀਏ ਪੰਜਾਬ ਦੀਆਂ ਡਿਵੀਜ਼ਨਾਂ ਦੀ ਤਾਂ ਪੰਜ ਡਿਵੀਜ਼ਨਾਂ ਨੇ ਪੰਜਾਬ ਦੀਆਂ ਆਪਸ਼ਨ ਨੰਬਰ ਡੀ ਇਜ਼ ザ ਰਾਈਟ ਆਂਸਰ ਪੰਜ ਠੀਕ ਹੈ ਸਭ ਤੋਂ ਵੱਡਾ ਮੰਡਲ ਕਿਹੜਾ ਵਾ ਜਾਂ ਸਭ ਤੋਂ ਵੱਡੀ ਡਿਵੀਜ਼ਨ ਕਿਹੜੀ ਹੈ ਜਲੰਧਰ ਛੋਟੀ ਕਿਹੜੀ ਹੈ ਰੋਪੜ ਜੇਕਰ ਤੁਹਾਨੂੰ ਨਵੀਨਤਮ ਪੁੱਛ ਲਿਆ ਜਾਵੇ ਤਾਂ ਉਹ ਵੀ ਰੋਪੜੀ ਆ ਅਗਲਾ ਪ੍ਰਸ਼ਨ ਪੰਜਾਬ ਵਿੱਚ ਕੁੱਲ ਕਿੰਨੇ ਨਗਰ ਨਿਗਮ ਹਨ ਹਾਂਜੀ ਪੰਜਾਬ ਦੇ ਵਿੱਚ ਟੋਟਲ ਕਿੰਨੇ ਨਗਰ ਨਿਗਮ ਹਨ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਯਾਰ ਪੰਜਾਬ ਦੇ ਟੋਟਲ 13 ਨਗਰ ਨਿਗਮ ਹਨ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਸੀਟਾਂ ਕਿੰਨੀਆਂ ਨੇ ਤੁਹਾਨੂੰ ਇਹ ਵੀ ਆ ਸਕਦਾ ਠੀਕ ਹੈ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਸੀਟਾਂ ਦੀ ਗਿਣਤੀ ਹੈ 117 ਪੰਜਾਬ ਵਿੱਚ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ ਹੈ 13 ਪੰਜਾਬ ਵਿੱਚ ਰਾਜ ਸਭਾ ਦੀਆਂ ਸੀਟਾਂ ਦੀ ਗਿਣਤੀ ਹੈ 7 ਪੰਜਾਬ ਦੇ ਜ਼ਿਲ੍ਹੇ ਕਿੰਨੇ ਆ 23 ਪੰਜਾਬ ਦੇ ਕੁੱਲ ਜ਼ਿਲ੍ਹੇ ਕਿੰਨੇ ਆ 23 ਆ ਠੀਕ ਹੈ ਤੇ ਪੰਜਾਬ ਦਾ ਕੁੱਲ ਖੇਤਰਫਲ ਕਿੰਨਾ 50362 ਵਰਗ ਕਿਲੋਮੀਟਰ ਪੰਜਾਬ ਦਾ ਰਾਜ ਪੰਛੀ ਕਿਹੜਾ ਬਾਜ ਪੰਜਾਬ ਦਾ ਰਾਜ ਦਰਖਤ ਕਿਹੜਾ ਟਾਹਲੀ ਪੰਜਾਬ ਦੀ ਰਾਜ ਖੇਡ ਕਿਹੜੀ ਆ ਕਬੱਡੀ ਪੰਜਾਬ ਦਾ ਰਾਜ ਜਾਨਵਰ ਕਿਹੜਾ ਕਾਲਾ ਹਿਰਨ ਅਗਲਾ ਪ੍ਰਸ਼ਨ ਹੈ ਜੀ ਭਾਰਤ ਦੀ ਲੋਕ ਭਾਰਤ ਦੀ ਪਹਿਲੀ ਲੋਕ ਅਦਾਲਤ ਕਦੋਂ ਪਰਚਲਿਤ ਹੋਈ ਹਾਂਜੀ ਭਾਰਤ ਦੀ ਪਹਿਲੀ ਲੋਕ ਅਦਾਲਤ 1985 ਦੇ ਵਿੱਚ ਪਰਚਲਿਤ ਹੋਈ অপশন নাম্বার এ ইজ দা রাইট आंसर এ 6 অক্টোবর 1985 ਨੂੰ ਦਿੱਲੀ ਦੇ ਵਿੱਚ ਪਹਿਲੀ ਬਾਰ ਬੈਠੀ ਸੀ ਠੀਕ ਹੈ ਇਹ ਅਦਾਲਤ ਅਸੀਂ ਗੱਲ ਕਰੀਏ ਫਰਸਟ ਟਰੈਕ ਦੀ ਤਾਂ ਫਰਸਟ ਟਰੈਕ ਅਦਾਲਤ ਆ ਜਿਹੜੀ ਇਸ ਦੀ ਸਥਾਪਨਾ 2001 ਦੇ ਵਿੱਚ ਹੋਈ ਇਹ ਪੁਰਾਣੇ ਕੇਸ ਹੱਲ ਕਰਨ ਦੇ ਲਈ ਬਣਾਈ ਗਈ ਸੀ ਇੱਕ ਅਦਾਲਤ 2007 ਦੇ ਵਿੱਚ ਬਣੀ ਸੀ ਇਸ ਦਾ ਨਾਮ ਸੀ ਮੋਬਾਈਲ ਕੋਰਟ ਕਿ 2007 ਵਿੱਚ ਇੱਕ ਮੋਬਾਈਲ ਕੋਰਟ ਇਹ ਚੱਲਦੀ ਫਿਰਦੀ ਅਦਾਲਤ ਬਣੀ ਸੀ ਤੇ ਇਸ ਦਾ ਗਠਨ ਛੇਤੀ ਨਿਆਂ ਦੇਣ ਦੇ ਲਈ ਕੀਤਾ ਗਿਆ ਸੀ ਫਿਰ 1984 ਦੇ ਵਿੱਚ ਜੇਕਰ ਅਸੀਂ ਗੱਲ ਕਰੀਏ 1984 ਦੇ ਵਿੱਚ ਪਰਿਵਾਰਕ ਅਦਾਲਤ ਸ਼ੁਰੂ ਹੋਈ ਸੀ ਇਹ ਫਾਸਟ ਟਾਈਮ ਜੈਪੁਰ ਦੇ ਵਿੱਚ ਸ਼ੁਰੂ ਕੀਤੀ ਗਈ ਸੀ ਤੇ ਇਸ ਵਿੱਚ ਘਰੇਲੂ ਝਗੜਿਆਂ ਦਾ ਮਸਲਾ ਹੱਲ ਕੀਤਾ ਜਾਂਦਾ ਸੀ ਹਾਂਜੀ ਅਗਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਸ ਨੇ ਹੱਤਿਆ ਅਤੇ ਅਹਿੰਸਾ ਦੀ ਨੀਤੀ ਅਪਣਾਈ ਸੀ ਹਾਂਜੀ ਹੱਤਿਆ ਅਤੇ ਅਹਿੰਸਾ ਦੀ ਨੀਤੀ ਅਪਣਾਈ ਸੀ ਮਹਾਤਮਾ ਗਾਂਧੀ ਜੀ ਨੇ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਮਹਾਤਮਾ ਗਾਂਧੀ ਜੀ ਦਾ ਜਨਮ 2 ਅਕਤੂਬਰ 1869 ਈਸਵੀ ਨੂੰ ਗੁਜਰਾਤ ਦੇ ਵਿੱਚ ਹੋਇਆ ਸੀ ਅਗਲਾ ਪ੍ਰਸ਼ਨ ਮਾਉਂਟ ਐਵਰੇਸਟ ਤੇ ਭਾਰਤ ਦੇ ਰਾਸ਼ਟਰੀ ਝੰਡੇ ਨੂੰ ਕਿਸ ਨੇ ਲਹਿਰਾਇਆ ਹਾਂਜੀ ਮਾਉਂਟ ਐਵਰੇਸਟ ਤੇ ਭਾਰਤ ਦੇ ਰਾਸ਼ਟਰੀ ਝੰਡੇ ਨੂੰ ਕਿਸ ਨੇ ਲਹਿਰਾਇਆ ਸੀ ਵੇਰੀ ਵੇਰੀ ਇੰਪੋਰਟੈਂਟ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ ਹਾਂਜੀ ਮਾਉਂਟ ਐਵਰੇਸਟ ਤੇ ਰਾਸ਼ਟਰੀ ਝੰਡੇ ਨੂੰ ਕਿਸ ਨੇ ਲਹਿਰਾਇਆ ਸੀ ਤੇਨ ਸਿੰਘ ਨਾਰਵੇ ਨੇ অপਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਇਹਨਾਂ ਦੇ ਨਾਲ ਇੱਕ ਹੋਰ ਵਿਅਕਤੀ ਸੀ ਜਿਸ ਦਾ ਨਾਮ ਸੀ ਸਰ ਐਡਮਰਡ ਇਹਨਾਂ ਦੋਨਾਂ ਨੇ ਮਿਲ ਕੇ 29 ਮਈ 1953 ਈਸਵੀ ਨੂੰ ਮਾਉਂਟ ਐਵਰੇਸਟ ਤੇ ਪਹਿਲੀ ਵਾਰ ਤਿਰੰਗੇ ਨੂੰ ਲਹਿਰਾਇਆ ਸੀ ਜੇਕਰ ਅਸੀਂ ਤਿਰੰਗੇ ਦੀ ਗੱਲ ਕਰੀਏ ਤਿਰੰਗਾ ਤੁਹਾਨੂੰ ਪਤਾ ਹੈ ਇਹ ਸਾਡਾ ਰਾਸ਼ਟਰੀ ਝੰਡਾ ਵਾ ਠੀਕ ਹੈ ਤਿਰੰਗਾ ਤੇ ਤੁਹਾਨੂੰ ਇਹ ਆ ਸਕਦਾ ਕਿ ਭਾਰਤੀ ਸੰਵਿਧਾਨ ਸਭਾ ਦੁਆਰਾ ਤਿਰੰਗੇ ਨੂੰ ਕਦੋਂ ਰਾਸ਼ਟਰੀ ਝੰਡਾ ਘੋਸ਼ਿਤ ਕੀਤਾ ਗਿਆ ਤਾਂ ਇਹ ਕੀਤਾ ਗਿਆ ਸੀ 22 ਜੁਲਾਈ 1947 ਨੂੰ ਤੇ ਭਾਰਤ ਦੇ ਰਾਸ਼ਟਰੀ ਝੰਡੇ ਤਿਰੰਗੇ ਦੇ ਵਿੱਚ ਤਿੰਨ ਰੰਗ ਆ ਭਾਰਤ ਦੇ ਰਾਸ਼ਟਰੀ ਝੰਡੇ ਦੇ ਵਿੱਚ 24 ਤਿੱਲੀਆਂ ਨੇ ਇਹ 24 ਤਿੱਲੀਆਂ ਕਿਹੜੇ ਰੰਗ ਦੀਆਂ ਨੇ ਨੀਲੇ ਰੰਗ ਦੀਆਂ ਭਾਰਤ ਦੇ ਰਾਸ਼ਟਰੀ ਝੰਡੇ ਦੀ ਲੰਬਾਈ ਦਾ ਅਨੁਪਾਤ ਲੰਬਾਈ ਅਤੇ ਚੌੜਾਈ ਦਾ ਅਨੁਪਾਤ ਕਿੰਨਾ 3:2 ਜੇਕਰ ਤਾਂ ਉਹ ਚੌੜਾਈ ਅਤੇ ਲੰਬਾਈ ਦਾ ਜੇ ਤਾਂ 2:3 ਹੋਵੇਗਾ ਠੀਕ ਹੈ ਇਸ ਗੱਲ ਦਾ ਧਿਆਨ ਰੱਖਣਾ ਅਗਲਾ ਪ੍ਰਸ਼ਨ ਭਾਰਤ ਦੇ ਤਿਰੰਗੇ ਨੂੰ ਚਾਂਦ ਤੇ ਕਦੋਂ ਲਹਿਰਾਇਆ ਗਿਆ ਹਾਂਜੀ ਭਾਰਤ ਦੇ ਤਿਰੰਗੇ ਨੂੰ ਚਾਂਦ ਤੇ ਕਦੋਂ ਲਹਿਰਾਇਆ ਗਿਆ ਤੈਲੇ ਲਹਿਰਾਇਆ ਗਿਆ ਜੀ 2008 ਦੇ ਵਿੱਚ 15 ਨਵੰਬਰ 2008 ਦੇ ਵਿੱਚ ਚੰਨ ਤੇ ਤਿਰੰਗੇ ਨੂੰ ਲਹਿਰਾਇਆ ਗਿਆ অপਸ਼ਨ ਨੰਬਰ A ਇਜ਼ ザ ਰਾਈਟ ਆਂਸਰ ਅਗਲਾ ਪ੍ਰਸ਼ਨ ਜਨ ਗਨ ਮਨ ਦੀ ਮੂਲ ਭਾਸ਼ਾ ਕਿਹੜੀ ਹੈ ਹਾਂਜੀ ਜਨ ਗਨ ਮਨ ਦੀ ਮੂਲ ਭਾਸ਼ਾ ਕਿਹੜੀ ਆ ਬੰਗਾਲੀ অপਸ਼ਨ ਨੰਬਰ B ਇਜ਼ ザ ਰਾਈਟ ਆਂਸਰ ਤੇ ਭਾਰਤ ਦਾ ਰਾਸ਼ਟਰੀ ਗਾਨ ਕਿਹੜਾ ਵਾ ਜਨ ਗਨ ਮਨ ਜੋ ਕਿ ਰਵਿੰਦਰ ਨਾਟਾ ਗੋਰ ਦੁਆਰਾ ਲਿਖਿਆ ਗਿਆ ਵਾ ਠੀਕ ਹੈ ਅਗਲਾ ਪ੍ਰਸ਼ਨ ਆ ਜੀ ਕਿਹੜਾ ਦੇਸ਼ 2032 ਸਮਰੂਲਪਿਕ ਅਤੇ 2032 ਦੀਆਂ ਪੈਰਾਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰੇਗਾ ਜਿਹੜਾ 2032 ਸਮਰੂਲਪਿਕ ਅਤੇ 2032 ਦੀਆਂ ਪੈਰਾਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰੇਗਾ ਤਾਂ ਇਹ ਕਰੇਗਾ ਆਸਟ੍ਰੇਲੀਆ ਦੇਸ਼ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਆਸਟ੍ਰੇਲੀਆ ਠੀਕ ਹੈ ਅੰਤਰਰਾਸ਼ਟਰੀ 올ੰਪਿਕ ਕਮੇਟੀ ਨੇ 2032 ਸਰਦੀਆਂ ਦੀਆਂ 올ੰਪਿਕ ਅਤੇ ਪੈਰਾਓਲੰਪਿਕ ਖੇਡਵਾਨਾਂ ਦੀ ਮੇਜ਼ਬਾਨੀ ਲਈ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਵੈਨ ਦੀ ਚੋਣ ਕੀਤੀ ਆ ਤੇ ਇਸ ਦੀ ਸਥਾਪਨਾ ਕਦੋਂ ਹੋਈ ਸੀ ਅੰਤਰਰਾਸ਼ਟਰੀ 올림픽 ਕਮੇਟੀ ਦੀ 23 ਜੂਨ 1994 ਦੇ ਵਿੱਚ ਅਗਲਾ ਪ੍ਰਸ਼ਨ ਆ ਜੀ ਕਿਹੜਾ ਦਿਵਸ 22 ਜੁਲਾਈ ਨੂੰ ਪੂਰੇ ਦੇਸ਼ ਵਿੱਚ ਮਨਾਇਆ ਜਾਂਦਾ ਹੈ ਹਾਂਜੀ ਕਿਹੜਾ ਦਿਵਸ ਆ ਜਿਹੜਾ 22 ਜੁਲਾਈ ਨੂੰ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾਂਦਾ ਹੈ ਦਿਵਸ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਇਸ ਦਿਨ ਤਿਰੰਗਾ ਅਪਣਾਉਣ ਤੋਂ ਬਾਅਦ ਪਹਿਲੀ ਵਾਰ ਪੰਡਿਤ ਜਵਾਹਰ ਲਾਲ ਨਹਿਰੂ ਨੇ 15 ਅਗਸਤ 1947 ਨੂੰ ਤਿਰੰਗੇ ਨੂੰ ਲਹਿਰਾਇਆ ਸੀ ਜਦੋਂ ਕਿ ਸਾਲ 1947 ਦੇ ਵਿੱਚ 22 ਜੁਲਾਈ ਨੂੰ ਡਾਕਟਰ ਰਜਿੰਦਰ ਪ੍ਰਸ਼ਾਦ ਦੀ ਅਗਵਾਈ ਵਾਲੀ ਅਸੈਂਬਲੀ ਨੇ ਰਾਸ਼ਟਰੀ ਝੰਡਾ ਅਪਣਾਇਆ ਸੀ ਠੀਕ ਹੈ ਜੀ ਅਗਲਾ ਪ੍ਰਸ਼ਨ ਕਰਦੇ ਹਾਂ ਅਸੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਿਹੜੀ ਲਾਈਨ ਹੈ ਹਾਂਜੀ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਕਿਹੜੀ ਲਾਈਨ ਆ ਆਪਾਂ ਜਦੋਂ ਵੀ ਕਰੰਟ ਅਫੇਅਰ ਕਰਦੇ ਹਾਂ ਪਾਕਿਸਤਾਨ ਦੇ ਨਾਲ ਰਿਲੇਟਡ ਤਾਂ ਮੈਂ ਉਸ ਸਮੇਂ ਤੁਹਾਨੂੰ ਦੱਸਦੀ ਹਾਂ ਕਿ ਕਿਸ ਦੇ ਵਿਚਕਾਰ ਕਿਹੜੀ ਲਾਈਨ ਆ ਠੀਕ ਹੈ ਜਨ ਕਿਹੜੀ ਲਾਈਨ ਕਿਹੜੇ-ਕਿਹੜੇ ਦੇਸ਼ਾਂ ਦੇ ਵਿਚਕਾਰ ਆ ਹੁਣ ਅਸੀਂ ਗੱਲ ਕਰ ਰਹੇ ਹਾਂ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਿਹੜੀ ਲਾਈਨ ਆ ਤਾਂ ਇਹ ਹੈਗੀ ਹੈ ਰੈੱਡ ਕਾਲੀਫ ਦੀ ਲਾਈਨ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਕਰ ਕਿਹੜੀ ਲਾਈਨ ਆ ਰੈੱਡ ਕਲਿਫ ਲਾਈਨ ਆ অপਸ਼ਨ ਨੰਬਰ ਬੀ ਇਸ ਦਾ ਰਾਈਟ ਆਂਸਰ ਹੈ ਮੈਕਮੋਹਨ ਲਾਈਨ ਆ ਜਿਹੜੀ ਇਹ ਭਾਰਤ ਤੇ ਚੀਨ ਨੂੰ ਡਿਵਾਈਡ ਕਰਦੀ ਆ ਠੀਕ ਹੈ ਭਾਰਤ ਅਤੇ ਪਾਕਿਸਤਾਨ ਨੂੰ ਰੈੱਡ ਕਲਿਫ ਲਾਈਨ ਡਿਵਾਈਡ ਕਰਦੀ ਆ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਅਗਲਾ ਪ੍ਰਸ਼ਨ ਅਸੀਂ ਕਰਦੇ ਆ ਭਾਰਤ ਦੇ ਕਿੰਨੇ ਗੁਆਂਢੀ ਦੇਸ਼ ਹਨ ਹਾਂਜੀ ਭਾਰਤ ਦੇ ਟੋਟਲ 7 ਗੁਆਂਢੀ ਦੇਸ਼ ਆ অপਸ਼ਨ ਨੰਬਰ ਏ ਇਸ ਦਾ ਰਾਈਟ ਆਂਸਰ ਹੈ ਕਿਹੜੇ ਕਿਹੜੇ ਆ ਪਾਕਿਸਤਾਨ ਅਫਗਾਨਿਸਤਾਨ ਚੀਨ ਭੂਟਾਨ ਬੰਗਲਾਦੇਸ਼ ਮਿਆਂਮਾਰ ਅਤੇ ਨੇਪਾਲ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਪੰਜਾਬ ਦਾ ਆਧਾਰ ਕਿਹੋ ਜਿਹਾ ਹੈ ਹਾਂਜੀ ਪੰਜਾਬ ਦਾ ਆਧਾਰ ਆ ਤਿਕੋਣਾ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਆਕਾਰ ਹੋਣਾ ਇੱਥੇ ਪੰਜਾਬ ਦਾ ਆਕਾਰ ਤਿਕੋਣਾ ਹੈ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਕੰਡੀ ਖੇਤਰ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਮਿਲਦਾ ਹੈ ਹਾਂਜੀ ਕੰਡੀ ਖੇਤਰ ਜਿਹੜੇ ਇਹ ਪੰਜਾਬ ਦੇ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਜਾਨੀ ਕਿ ਉਪਰੋਕਤ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਮਿਲਦੇ ਆ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਹੈ ਅਗਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜਾ ਜ਼ਿਲ੍ਹਾ ਮਾਝਾ ਖੇਤਰ ਦੇ ਵਿੱਚ ਆਉਂਦਾ ਹੈ ਹਾਂਜੀ ਇਹਨਾਂ ਦੇ ਵਿੱਚੋਂ ਦੇਖੋ ਤੁਸੀਂ ਮਾਝੇ ਦੇ ਵਿੱਚ ਕਿਹੜੇ ਜ਼ਿਲ੍ਹੇ ਆਉਂਦੇ ਆ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਜਾਨੀ ਕਿ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਹੈ ਉਪਰੋਕਤ ਸਾਰੇ ਹੀ ਜ਼ਿਲ੍ਹੇ ਮਾਝੇ ਦੇ ਅੰਦਰ ਆਉਂਦੇ ਆ ਅਗਲਾ ਪ੍ਰਸ਼ਨ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਹੈ ਹਾਂਜੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾ ਪੰਜਾਬ ਦੇ ਪਟਿਆਲਾ ਦੇ ਵਿੱਚ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਪੰਜਾਬ ਦੇ ਪਟਿਆਲਾ ਦੇ ਵਿੱਚ ਹੀ ਸੀਸ ਮਹਿਲ ਆ ਬਸੰਤ ਪੰਚਮੀ ਦਾ ਤਿਹਾਰ ਮਨਾਇਆ ਜਾਂਦਾ ਤੇ ਬਾਬਾ ਆਲਾ ਜੀ ਨੇ ਸਥਾਪਨਾ ਕੀਤੀ ਸੀ ਪਟਿਆਲਾ ਦੀ ਅਗਲਾ ਪ੍ਰਸ਼ਨ ਗੁਰੂ ਰਵੀਦਾਸ ਆਯੁਰਵੈਦਿਕ ਯੂਨੀਵਰਸਿਟੀ ਕਿੱਥੇ ਸਥਿਤ ਆ ਹਾਂਜੀ ਗੁਰੂ ਰਵੀਦਾਸ ਆਯੁਰਵੈਦਿਕ ਯੂਨੀਵਰਸਿਟੀ ਸਥਿਤਾ ਹੁਸ਼ਿਆਰਪੁਰ ਦੇ ਵਿੱਚ অপਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਪੰਜਾਬ ਦਾ ਸਭ ਤੋਂ ਘੱਟ ਘੰਤਾ ਵਾਲਾ ਜ਼ਿਲ੍ਹਾ ਕਿਹੜਾ ਹੈ ਹਾਂਜੀ ਜੇਕਰ ਤੁਹਾਨੂੰ ਪੰਜਾਬ ਦਾ ਸਭ ਤੋਂ ਵੱਧ ਆ ਜੇ ਤਾਂ ਉਹ ਹੈਗਾ ਲੁਧਿਆਣਾ ਜੇਕਰ ਘੱਟ ਆ ਜੇ ਤਾਂ ਘੱਟ ਘੰਤਾ ਵਾਲਾ ਜ਼ਿਲ੍ਹਾ ਹੈ ਮੁਕਤਸਰ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਮੁਕਤਸਰ ਸਾਹਿਬ ਦਾ ਪੁਰਾਣਾ ਨਾਮ ਆ ਖਿਦਰਾਣੇ ਦੀ ਢਾਬ ਤੇ 40 ਮੁਕਤਿਆਂ ਦੇ ਸ਼ਹੀਦ ਹੋਣ ਕਰਕੇ ਇਸ ਦਾ ਨਾਮ ਪਿਆ ਮੁਕਤਸਰ ਸਾਹਿਬ ਜਾਨੀ ਕਿ ਮੁਕਤੀ ਦਾ ਸਥਾਨ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਇਸ ਵੀਡੀਓ ਦਾ ਲਾਸਟ ਪ੍ਰਸ਼ਨ ਆ ਪੰਜਾਬ ਦੇ ਉੱਤਰ ਤੋਂ ਦੱਖਣ ਤੱਕ ਦੀ ਕੁੱਲ ਦੂਰੀ ਕਿੰਨੀ ਆ ਹਾਂਜੀ ਪੰਜਾਬ ਦੇ ਉੱਤਰ ਤੋਂ ਦੱਖਣ ਤੱਕ ਦੀ ਕੁੱਲ ਦੂਰੀ ਆ 335 ਕਿਲੋਮੀਟਰ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ